श्री नानक अंगद गुरु अमरदास पद बंद रामदास अर्जन गुरु बर श्री हर गोविंद हरी राय हर कृष्ण गुरु तेग बहादुर दसवें गोविंद सिंह गुरु नमो चरण जिस मह अमृत ज्ञान है माणक भगत बैरा श्री गुरु ग्रंथ साहिब उदद बंदो कर श्री गुरु शब्द कमाए जिना जीते पंच विकार तिन संतन को बंदना सिर चरणन पर एकंकारा सतगुरु भी प्रसाद सच होए वाहे गुरु जी की फतेह विघ्न विनाशन एकंकारा सतगुरु भी प्रसाद सच होए वाहे गुरु जी की फतेह विघ्न विनाशन सोए सतनाम श्री वाहिगुरु साहिब जी दोहरा बंदा पंजाब को चढ़ियो लयो खालसे साथ लैन बैर गुर सुतन सुना आ टेकै सिख मास बंदा पंजाब को चढ़ियो वाहे गुरु जी का खालसा वाहे गुरु जी की फतेह पदद पावन भगत वत्सल कृपा निदान जुग जुग अटल प्रगट गुरां की देह प्रताख हर धन धन सतगुरु श्री गुरु ग्रंथ साहिब महाराज जी दी परम पवित्र सत संगत हजूरी दे अंदर नामे पातशाह धर्म रखे अग शहीद सतगुरु बंदगी दे पुंज शांति स्वरूप शस्त्र तारी योधे देख देख दे तनी गुरु तेग बहादुर साहिब महाराज जी दे परम पवित्र तप अस्थान गुरुद्वारा श्री भोरा साहिब जी पातशाही नौवीं विखे पिछले पैर दे सजे हुए दीवाना दे अंदर लड़ीवार गुरु इतिहास श्री गुरु पंथ प्रकाश की कथा सरवण करन दे लई हाजरियां भर रहे गुरु प्यारे खालसा साध संगत जी बड़े भाग हैं जो सतगुरां दे हजूर बैठन दा हाजरी भरन दा सानू समा मिलिया है महाराज दे अस्थाना दी यात्रा दर्शन दीदारे करन दा सुभाग प्राप्त हो रहा है कल आप जी ने प्रसंग सरवण किया है गुरु गोबिंद सिंह महाराज जी दे शरण दे विच पै के बाबा बंदा सिंह बहादुर जी सिंह सजे ने सतगुरु महाराज साहिब जी ने बख्शिश की है कहिंदे पंजाब जाओ जा के सरहंद फतेह करो पहाड़ी राजे जिहड़े ने इन्हां नूं फतेह करो जिहड़े जाबर लोग जालम लोग ने इन्हां दा राज भाग नष्ट कर दिओ खालसे नूं नाल तोरिया है पंज तीर अपने पत्थे दे विच्चों बख्शे ने बाबा बंदा सिंह बहादुर जी कहन लगे महाराज कोई रिधि सिधि कोई करामात बख्शो गुरु गोबिंद सिंह महाराज जी कहिंदे सब कुछ असी खालसे नूं बख्श दिता है ते बंदा सिंह जी तू भी खालसे तों वखरा नहीं है ते तेनों भी उह वरतारा मिलेगा जो पंथ नूं मिलिया है जो कोई कारज अड़फड़ जाए उदों अरदास करी असी आप हाजिर होवांगे पंजां सिंघां को जदों अरदास कराएगा
ਇਹ ਬਾਬਾ ਵਿਨੋਦ ਸਿੰਘ, ਬਾਬਾ ਕਾਹਨ ਸਿੰਘ, ਬਾਜ ਸਿੰਘ, ਰਣ ਸਿੰਘ ਆਦਿਕ ਇਹ ਗੁਰੂ ਕੇ ਸਿੰਘ ਨਾਲ ਰਹਿਤ ਮਰਿਆਦਾ ਦੱਸਣ ਦੇ ਲਈ ਭੇਜੇ ਹਨ। ਹੋਰ ਸਿੰਘ ਦਿੱਤੇ ਨੇ ਸਤਿਗੁਰਾਂ ਨਾਲ, ਨਿਸ਼ਾਨ ਸਾਹਿਬ ਨਗਾਰਾ ਬਖਸ਼ਿਆ ਏ। ਜਿਵੇਂ ਸਤਿਗੁਰੂ ਦੀ ਆਗਿਆ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਤੁਰੇ ਨੇ, ਰਾਹ ਦੇ ਵਿੱਚ ਪੜਾਅ ਕੀਤਾ ਏ, ਕਿਸਾਨ 'ਤੇ ਪ੍ਰਤਿਆਵਾ ਕੀਤਾ ਏ ਵੀ ਸਤਿਗੁਰਾਂ ਕਿਹਾ ਸੀ ਜਦੋਂ ਕੋਈ ਲੋੜ ਹੋਵੇ ਅਤੇ ਅਰਦਾਸ ਕਰੀ, ਅਤੇ ਰਸਤਾ ਬਸਤਾ ਦੀ ਕਮੀ ਹੈ, ਚਲੋ ਅਰਦਾਸ ਕਰਾ ਕੇ ਵੇਖੀਏ, ਨਾਲੇ ਪਤਾ ਲੱਗ ਜਾਏਗਾ। ਪੰਜ ਸਿੰਘਾਂ ਨੇ ਅਰਦਾਸ ਕਰਕੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਕਿਹਾ। ਜਕਾਰਾ ਛੱਡ ਕੇ ਬੈਠੇ ਸਨ ਫਤਿਹ ਬੁਲਾ ਕੇ, ਲੁਬਾਣੀ ਸਿੱਖ ਜਿਹੜੇ ਵਣਜ ਵਪਾਰ ਕਰਦੇ ਫਿਰਦੇ ਸੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦਸਵੰਧ ਲਿਆ ਕੇ ਖਾਲਸੇ ਦੇ ਹਾਜ਼ਰ ਕਰਤਾ। ਖਾਲਸੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੇ ਦਿੱਤਾ। ਇਹ ਵੇਖ ਕਰਕੇ ਬਾਬਾ ਜੀ ਦਾ ਵਿਸ਼ਵਾਸ ਹੋਰ ਕਾਇਮ ਹੋ ਗਿਆ ਵੀ ਵਾਕਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜੇ ਬਚਨ ਨੇ, ਜਿਹੜੇ ਮਹਾਰਾਜ ਦੇ ਪੰਜਾਂ ਪਿਆਰਿਆਂ ਦੇ ਵਿੱਚ ਸ਼ਕਤੀ ਰੱਖੀ ਹੈ, ਇਹ ਬੜੀ ਮਹਾਨ ਹੈ ਵੀ ਜਿੱਥੇ ਵੀ ਲੋੜ ਪਏਗੀ ਇੱਥੇ ਹੀ ਪਾਤਸ਼ਾਹ ਦੇ ਇਹਨਾਂ ਪੰਜਾਂ ਪਿਆਰਾਂ ਖਾਲਸਿਆਂ ਕੋਲ ਅਰਦਾਸ ਕਰਾ ਕੇ ਆਪਣੇ ਕਾਰਜ ਰਾਸ ਕਰਾਂਗੇ। ਜਿਵੇਂ ਪੰਜਾਬ ਨੂੰ ਆ ਰਹੇ ਨੇ ਸਿੰਘਾਂ ਦੇ ਦਲ ਨਾਲ ਜੁੜ ਰਹੇ ਹਨ, ਜਿਵੇਂ ਜਿਵੇਂ ਸਿੰਘਾਂ ਨੂੰ ਹੁਕਮਨਾਮੇ ਜਾ ਰਹੇ ਨੇ ਵੀ ਆਓ ਆਪਾਂ ਰਲ ਮਿਲ ਕੇ ਅਤੇ ਸਰਹੰਦ ਨੂੰ ਫਤਿਹ ਕਰੀਏ, ਇਹ ਕਥਾ ਆਪਾਂ ਅੱਜ ਸਰਵਣ ਕਰਾਂਗੇ। ਆਓ ਗੁਰੂ ਸਾਹਿਬ ਕਲਗੀਧਰ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਧਿਆਨ ਧਾਰੀਏ, ਰਸਨਾ ਕਰੋ, ਪਵਿੱਤਰ ਲਵਾਓ ਹਾਜ਼ਰੇ, ਪਿਆਰ ਵਿੱਚ ਭਿੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰ ਬੰਦਾ ਪੰਜਾਬੈ ਕੋ ਚੜਿਓ, ਲਇਓ ਖਾਲਸੋ ਸਾਥ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਹੁਕਮ ਦੇ ਨਾਲ ਬਾਬਾ ਬੰਦਾ ਸਿੰਘ ਜੀ ਬਹਾਦਰ ਨਦੇੜ ਦੀ ਧਰਤੀ ਤੋਂ ਚੱਲਦਿਆਂ ਹੋਇਆਂ ਪੰਜਾਬ ਨੂੰ ਚਾਲੇ ਮਾਰ ਰਹੇ ਨੇ, ਪੰਜਾਬ ਵੱਲ ਨੂੰ ਆ ਰਹੇ ਹਨ, ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਖਾਲਸਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਹੈ। ਬੰਦਾ ਖਾਲਸੇ ਦੀਵਾਨ ਲਗਾਵੇ, ਜਿੱਥੇ ਕਿੱਥੇ ਰਾਹ ਦੇ ਵਿੱਚ ਸਮਾਂ ਬਣਦਾ ਏ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀਵਾਨ ਲਾ ਕੇ ਸਜਦੇ ਨੇ, ਗੁਰੂ ਕਾ ਖਾਲਸਾ ਵੀ ਆਣ ਬਿਰਾਜਦਾ ਏ। ਅਕਾਲ ਉਸਤ ਵਾਰ ਚੰਡੀ ਪੜਾਵੇ, ਸਿੰਘਾਂ ਨੂੰ ਬਾਬਾ ਬੰਦਾ ਸਿੰਘ ਜੀ ਕਹਿੰਦੇ ਮੈਨੂੰ ਕਲਗੀਧਰ ਦੀ ਬਾਣੀ ਤਾਂ ਸੁਣਾਓ ਖਾਲਸਾ ਜੀ, ਅਤੇ ਪਾਤਸ਼ਾਹ ਦੀ ਬਾਣੀ ਪੜ੍ਹ ਕੇ ਮੇਰੇ ਮਨ ਦੇ ਵਿੱਚ ਪਿਆਰ ਵੀਰ ਰਸ ਪੈਦਾ ਹੋਵੇ, ਜਿਸ ਬਾਣੀ ਕਰਕੇ ਤੁਸੀਂ ਆਨੰਦ ਮਾਣਦੇ ਹੋ। ਅਤੇ ਸਿੰਘ ਬਾਣੀ ਪੜ੍ਹਦੇ ਨੇ, ਸ਼੍ਰੀ ਅਕਾਲ ਉਸਤ ਦੇ ਪਾਠ ਕਰਦੇ ਨੇ, ਚੰਡੀ ਦੀ ਵਾਰ ਦਾ ਜਾਪ ਕਰਦੇ ਹਨ। ਅਕਾਲ ਕਾ ਜਾਪ ਜਪਾਵੇ, ਫਿਰ ਅਕਾਲ ਹੀ ਅਕਾਲ ਦਾ ਵੀ ਜਾਪ ਜਪਦੇ ਨੇ, ਅਕਾਲ ਹੀ ਅਕਾਲ ਕਰਦੇ ਨੇ, ਗੁਰਵਰ ਅਕਾਲ, ਸਤਿ ਸ੍ਰੀ ਅਕਾਲ, ਇੱਦਾਂ ਵਾਰ ਵਾਰ ਅਕਾਲ ਅਕਾਲ ਦਾ ਜਾਪ ਜਪਦੇ ਨੇ। ਤਾਂਹੀਓ ਅਕਾਲੀ ਕਹਿੰਦੇ ਨੇ ਨਾ ਖਾਲਸੇ ਨੂੰ, ਵੀ ਖਾਲਸਾ ਅਕਾਲੀ ਆ, ਅਕਾਲ ਹੀ ਅਕਾਲ ਜਪਣ ਵਾਲਾ। ਵਾਹਿਗੁਰੂ ਸਦਾ ਮੁਖ ਗਾਵੇ, ਫਿਰ ਵਾਹਿਗੁਰੂ ਵਾਹਿਗੁਰੂ ਸਦਾ ਹੀ ਮੁਖ ਤੋਂ ਬਾਬਾ ਬੰਦਾ ਸਿੰਘ ਬਹਾਦਰ ਵੀ ਇੱਦਾਂ ਗੁਰਮੰਤਰ ਦਾ ਜਾਪ ਕਰਦੇ ਨੇ, ਤੇ ਸਿੰਘ ਵੀ ਗੁਰਮੰਤਰ ਦਾ ਹੀ ਜਾਪ ਕਰਦੇ ਹਨ। ਇੱਦਾਂ ਨਗਰ ਦਰ ਨਗਰ ਪੈਂਡਾ ਤੈਅ ਕਰਦੇ ਆ, ਮੰਜ਼ਲਾਂ ਮਾਰਦੇ ਆ, ਬਾਬਾ ਬੰਦਾ ਸਿੰਘ ਜੀ ਬਹਾਦਰ ਪੰਜਾਬ ਵੱਲ ਨੂੰ ਚੜ੍ਹੇ ਆ ਰਹੇ ਹਨ, ਅਤੇ ਖਾਲਸੇ ਪੰਥ ਨੂੰ ਆਪਣੇ ਨਾਲ ਲਿਆ ਏ। ਅੱਗੇ ਨਿਸ਼ਾਨ ਸਾਹਿਬ ਜਾ ਰਿਹਾ ਏ, ਨਗਾਰਾ ਵੱਜ ਰਿਹਾ ਏ, ਬਾਬਾ ਵਿਨੋਦ ਸਿੰਘ ਆਦਿਕ ਸੂਰਮੇ ਨਾਲ ਚੱਲ ਰਹੇ ਨੇ। ਜਦੋਂ ਰਾਹ ਦੇ ਵਿੱਚ ਕਈ ਸਿੰਘਾਂ ਨੂੰ ਸਿੱਖਾਂ ਨੂੰ ਪਤਾ ਲੱਗਦਾ ਨਾ ਅਤੇ ਕਲਗੀਧਰ ਮਹਾਰਾਜ ਸਾਹਿਬ ਜੀ ਨੇ ਭੇਜਿਆ ਇਹ ਸਾਹਿਬਜ਼ਾਦਿਆਂ ਦਾ ਵੈਰ ਲੈਣ ਦੇ ਲਈ,
पीर बुद्धू शाह वर्गे मरीदा का वैर लैण दे ले तुरकां दे कोलों तां आ करके पंथ नूं मत्था टेकदे बाबा बंदा सिंह बहादुर दे गुरु के पंथ दे विच शामिल हुंदे ने। इस तरह दी कहिंदे खेड वरत गई भी चलदिया होया राह दे विच जे किसे पिंड नगर दे विच थोड़ा जिन्ना समा भी बाबा बंदा सिंह बहादुर जी आके खलो जांदे किते पड़ा कर लैंदे बस उत्थे ही रिधियां आ जांदियां गुरसिख अन्न दे गड्डे भर भर के लै आउंदे दल दे छकण दे वास्ते रस्तां बस्तां लै के आउंदे जिहड़े वीर कुछ शक्तियां बाबा बंदा सिंह बहादुर जी दे कोल होंदियां सन पहला माधोदास वैरागी दे रूप दे विच जो हम पांच सिंह अरदास करते ने सारिया शक्तियां अरदास करदे सार हाजिर हो जांदियां रिध सिद्ध की कोई कमी नहीं रही कोई टोटा नहीं रहा जो खालसे ने अरदासा सोधिया ना एक दो बार बाबा बंदा सिंह बहादुर जी ने कौतक वेख्या भी ये जो पांच सिंह तैयार पर तैयार कोई अरदासा सोधे है भी कार्य झट ही पूरा हो जाता जिस करके बाबा बंदा सिंह बहादुर जी ने पूरा भरोसा हो गया भी ये खालसा वाकई अकाल पुरख की फौज है ये खालसा वाकई खुद खुदा है भी इन्हों का पंजा सिंघा का किया हो अरदासा किया हो बेनता कभी खाली नहीं जाता तो बाबा बंदा सिंह बहादुर जी भी कहते चित करके निश्चल हो गए कहते भी पहला मन दे विच शंका सी भी मैं किवें करूँगा जंग मेरे नाल सिंह कित्थों आउणगे मैं इन्हों जे आगे दे रस्ता कित्थों दऊँगा इन्हों कशहरे चोले कित्थों देने है शस्त्र कित्थों लैके दऊँगा किवें जंग जितूँगा पहला तो कहिंदे बाबा बंदा सिंह बहादुर दे मन दे विच इदां तोखला रहिंदा सी पर हुण जदों वेख्या भी मेरे नाल महाराज ने पंज सिंह भेजे है ये जिथे अरदास करते सारा कुछ हाजिर हो जाता फिर मैनू चिंता की लोड़ है साड़ी चिंता तो गुरु गोबिंद सिंह महाराज जी आप कर रहे हैं इदा बाबा बंदा सिंह बहादुर जी का चित निश्चल हो गया एंड पूरा भरोसा हो गया भी वाकई जो महाराज ने कहा भी ये पूरा होगा राह आए तो कई आके अरदास कराते ने भी बाबा बंदा सिंह बहादुर जी साडे घरे कोई पुत्र नहीं है साड़ी वंश वधे तो उस कहते कोई नहीं पंजा सिंघा बेनती कर दे बाबा बंदा सिंह जी भी खालसा जी अरदास करो इस सिख नूं पुत्र दी दात मिल दे जदों पंज सिंह अरदास कर दे अरदास करन दा सदका उहनां नूं पुत्र प्राप्त हुंदा जे कोई आ के कहिंदा जी साडे घरे लवेरा नहीं हैगा माल डंगर नहीं है ते ओ वी पंजा सिंघां को अरदास कराउंदे जिहड़ा दुध मंगदा उहनूं बेअंती लहरां बहरां बख्श दिंदे खुल्ला दुध बख्श दिंदे जे कोई दुखी आउंदा ए कोई मानसिक तौर ते कोई शरीरक तौर ते दुखी बाबा जी दी शरण आउंदा ए ਉਹ ਬੰਦਾ ਸਿੰਘ ਬਹਾਦਰ ਜੀ ਨੂੰ ਆ ਕੇ ਕਹਿੰਦੇ ਸਾਡਾ ਦੁੱਖ ਦੂਰ ਕਰੋ ਉਹ ਅੱਗੇ ਖਾਲਸੇ ਨੂੰ ਕਹਿੰਦੇ ਅਰਦਾਸ ਸੋਧ ਕੇ ਇਹਨਾਂ ਦੇ ਦੁੱਖ ਦੂਰ ਕਰ ਦਿਓ ਅਤੇ ਜਦੋਂ ਪੰਜ ਸਿੰਘ ਅਰਦਾਸ ਕਰ ਦਿੰਦੇ ਤਾਂ ਤੁਰੰਤ ਹੀ ਝਾਟੀ ਦੁੱਖ ਮਿਟ ਜਾਂਦੇ ਦੁਖੀਆਂ ਦੇ ਅਤੇ ਨਾਲ ਬਾਬਾ ਜੀ ਕਹਿੰਦੇ ਅਰਦਾਸ ਕਰਦੀ ਹੈ ਮਹਾਰਾਜ ਦੇ ਪੰਜਾਂ ਪਿਆਰਿਆਂ ਨੇ ਕਾਰਜ ਤੁਹਾਡਾ ਹੋ ਜਾਵੇਗਾ ਪਰ ਨਾਲ ਉੱਠ ਕੇ ਅਤੇ ਵਾਹਿਗੁਰੂ ਵੀ ਜਪਿਆ ਕਰੋ ਨਾਲ ਸਿਮਰਨ ਵੀ ਕਰਿਆ ਕਰੋ ਮਹਾਰਾਜ ਜੀ ਤੁਹਾਡੇ ਕਾਰਜ ਰਾਸ ਕਰਨਗੇ ਗੱਲ ਕੀ ਵੀ ਜਿਹੜਾ ਵੀ ਕੋਈ ਦੁੱਧ ਪੁੱਤ ਮਾਇਆ ਕੋਈ ਵੀ ਚੀਜ਼ ਆ ਕੇ ਮੰਗਦਾ ਏ ਬਾਬਾ ਬੰਦਾ ਸਿੰਘ ਜੀ ਉਸੇ ਨੇ ਖਾਲਸੇ ਕੋ ਅਰਦਾਸ ਕਰਵਾ ਕੇ ਗੁਰੂ ਕਲਗੀਧਰ ਜੀ ਦੇ ਕੋਲੋਂ ਦਵਾ ਦਿੰਦੇ ਹਨ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਕੇ ਖਾਲਸੇ ਦੀ ਜੱਗ ਵਿੱਚ ਧਾਂਕ ਪੈ ਗਈ ਸਾਰਿਆਂ ਦੇ ਪ੍ਰਭਾਵ ਪੈ ਗਿਆ ਵੀ ਇੱਕ ਬੰਦਾ ਆਇਆ ਏ ਮਹਾਰਾਜ ਨੇ ਭੇਜਿਆ ਏ ਜੋ ਉਹਨੂੰ ਕਹੀਏ ਉਹੀ ਪੂਰਾ ਹੋ ਜਾਂਦਾ ਏ ਤੇ ਦੁਖੀ ਕੌਣ ਨਹੀਂ ਹੈ ਭਾਵੇਂ ਕੋਈ ਰਾਣਾ ਹੈ ਭਾਵੇਂ ਕੋਈ ਗਰੀਬ ਹੈ ਸਾਰੇ ਦੁਖੀ ਨੇ ਜਦੋਂ ਪਤਾ ਲੱਗਾ ਵੀ ਅਰਦਾਸ ਕੀਤਿਆਂ ਸੁੱਖ ਮਿਲਦਾ ਕੀ ਗਰੀਬ ਕੀ ਅਮੀਰ ਸਾਰੇ ਆ ਕੇ ਪੰਥ ਦੀ ਸ਼ਰਨ ਪੈਣ ਲੱਗ ਪਏ ਕਈ ਦੂਰੋਂ ਨਾ ਨਿੰਦਾ ਕਰਦੇ ਆਉਂਦੇ ਕਿਹੜਾ ਬੰਦਾ ਆ ਗਿਆ ਜਾਂ ਪੰਥ ਦੀ ਨਿੰਦਾ ਕਰਦੇ ਆਉਂਦੇ ਵੀ ਇਹ ਕਿਹੜੇ ਆ ਗਏ ਅਕਾਲ ਹੀ ਅਕਾਲ ਕਰਦੇ ਰਹਿੰਦੇ ਆ
ਉਹਨਾਂ ਸਿੰਘਾਂ ਦਾ ਲਿਬਾਸ ਵੇਖ ਕੇ ਦੂਰੋਂ ਨਿੰਦਾ ਕਰਦੇ ਜਿਹੜੇ ਆਉਂਦੇ ਹਨ, ਪਰ ਜਦੋਂ ਨੇੜੇ ਹੁੰਦੇ ਆ ਤੇ ਵੇਖਦੇ ਆ ਵੀ ਮਹਾਰਾਜ ਦਾ ਖਾਲਸਾ ਤੇ ਬਹੁਤੇ ਚੜ੍ਹਦੀ ਕਲਾ ਵਾਲਾ ਹੈ, ਬਾਣੀ ਪੜ੍ਹ ਰਹੇ ਨੇ, ਨਾਮ ਦੇ ਵਿੱਚ ਰੰਗੇ ਹੋਏ ਆ, ਬਾਬਾ ਬੰਦਾ ਸਿੰਘ ਬਹਾਦਰ ਦੇ ਦਰਸ਼ਨ ਕਰਦੇ ਨੇ, ਜਿਹੜੇ ਦੂਰੋਂ ਨਿੰਦਾ ਕਰਦੇ ਆਉਂਦੇ ਸੀ ਉਹ ਆਉਂਦੇ ਆਉਂਦੇ ਚਰਨੀ ਪੈ ਜਾਂਦੇ ਆ, ਆਉਂਦੇ ਹੀ ਉਹ ਆਸਰਾ ਤੱਕ ਲੈਂਦੇ ਖਾਲਸੇ ਦਾ। ਕਿਹੜੇ ਕੋਈ ਪਿੰਡ ਦੇ ਵਿੱਚ ਠਹਿਰਨ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਖਾਲਸੇ ਪੰਥ ਦੇ ਸਮੇਤ ਡੇਰਾ ਕਰਦੇ, ਕੁਝ ਸਮਾਂ ਰੁਕਦੇ ਨੇ, ਉੱਥੇ ਸੋਨੇ ਦੀਆਂ ਮੋਹਰਾਂ ਕੱਢ ਕੇ ਨਾ ਆਪਣੇ ਖਜ਼ਾਨੇ ਦੇ ਵਿੱਚੋਂ ਤੇ ਬਹੁਤੀਆਂ ਆਪਣੇ ਲਾਗੇ ਹੀ ਰੱਖ ਲੈਂਦੇ। ਉਹਨਾਂ ਸਮਿਆਂ 'ਚ ਇੱਦਾਂ ਹੁੰਦਾ ਸੀ ਵੀ ਰਾਤ ਦੇ ਸਮੇਂ ਕੋਈ ਦੀਵੇ ਬਾਲਣੇ ਤੇ ਤੇਲ ਉਹਨਾਂ ਜਾ ਕੇ ਤੇਲ ਹੀ ਪਾਉਂਦੇ ਸਨ, ਤੇ ਰਾਤ ਨੂੰ ਚਿਰਾਗ ਬਾਲਣ ਦੇ ਲਈ ਜਿਹੜੇ ਦੀਵੇ ਕੋਈ ਚਿਰਾਗ ਰੱਖੇ ਚਾਨਣ ਕਰਨ ਦੇ ਲਈ, ਜੇ ਕੋਈ ਤੇਲੀ ਆ ਕੇ ਉਹਦੇ ਵਿੱਚ ਇੱਕ ਪਲੀ ਭਰ ਕੇ ਵੀ ਤੇਲ ਦੀ ਪਾ ਦਿੰਦਾ। ਉਸੇ ਵੇਲੇ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਇੱਕ ਸੋਨੇ ਦੀ ਮੋਹਰ ਫੜਾ ਦਿੰਦੇ ਵੀ ਲੈ ਗੁਰਸਿੱਖਾ ਤੂੰ ਸੇਵਾ ਕੀਤੀ, ਖਾਲਸੇ ਦੇ ਡੇਰੇ ਵਿੱਚ ਚਾਨਣ ਕਰਨ ਦੇ ਲਈ ਤੇਲ ਲੈ ਕੇ ਆ, ਲੈ ਨਾਮ ਲੈ, ਇੱਕ ਮੋਹਰ ਬਖਸ਼ ਦਿੰਦੇ। ਕੋਈ ਭਾਂਡੇ ਬਣਾਉਣ ਵਾਲਾ ਕੁਮਾਰ, ਕੋਈ ਠੂਠੀ, ਕੋਈ ਘੜਾ, ਕੋਈ ਹੋਰ ਜਿਹੜੇ ਕੋਈ ਮਿੱਟੀ ਦੇ ਭਾਂਡੇ ਹੁੰਦੇ ਜਲ ਪਾਣੀ ਭਰਨ ਦੇ ਵਾਸਤੇ ਲਿਆ ਕੇ ਪੰਥ ਨੂੰ ਖਾਲਸੇ ਨੂੰ ਜੇ ਭੇਟਾ ਕਰਦਾ, ਉਸ ਵੇਲੇ ਆਪਣੇ ਖਜ਼ਾਨੇ ਦੇ ਵਿੱਚੋਂ ਕੱਢ ਕੇ ਤੇ ਇੱਕ ਮੋਹਰ ਦਿੰਦੇ। ਇਹ ਨਹੀਂ ਵੇਖਦੇ ਵੀ ਇਹਦਾ ਮੁੱਲ ਤੇਰਾ ਪੈਸਾ ਹੈ ਜਾਂ ਟਕਾ ਹੈ ਜਾਂ ਕੌਡੀ ਹੈ, ਬਸ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਹਾਰਾਜ ਦੀ ਐਸੀ ਬਖਸ਼ਿਸ਼ ਹੋ ਗਈ, ਜੇਬ 'ਚ ਹੱਥ ਪਾਉਂਦੇ ਆ ਤੇ ਸੋਨੇ ਦੀਆਂ ਮੋਹਰਾਂ ਹੀ ਨਿਕਲਦੀਆਂ ਨੇ, ਤੇ ਜਿਹੜੀ ਮੋਹਰ ਨਿਕਲਦੀ ਆ ਉਹ ਕੋਈ ਵਸਤੂ ਲੈ ਕੇ ਆਉਂਦਾ ਉਹਨੂੰ ਭੇਟਾ ਕਰ ਦਿੰਦੇ ਨੇ। ਜੇ ਕੋਈ ਲੰਗਰ ਦੇ ਵਾਸਤੇ ਕੋਈ ਲੱਕੜੀਆਂ, ਕੋਈ ਬਾਲਣ, ਕੋਈ ਗਰੀਬ ਗੁਰਬਾ ਇਕੱਠਾ ਕਰਕੇ ਲਿਆਉਂਦਾ ਹੈ ਵੀ ਆਹ ਲੰਗਰ ਛਕੋ, ਇਹਦੇ ਨਾਲ ਲੰਗਰ ਬਣਾਉਣ ਦੇ ਲਈ, ਲੰਗਰ ਤਿਆਰ ਕਰਨ ਦੇ ਲਈ ਬਾਲਣ ਹਾਜ਼ਰ ਕਰਦਾ ਹੈ, ਉਸੇ ਵੇਲੇ ਸੋਨੇ ਦੀ ਮੋਹਰ ਕੱਢ ਕੇ ਦਿੰਦੇ ਆ। ਕਿਸੇ ਨੂੰ ਪੈਸਾ ਆਨਾ ਟਕਾ ਨਹੀਂ ਦਿੰਦੇ, ਸੋਨੇ ਦੀਆਂ ਮੋਹਰਾਂ ਕੱਢ ਕੱਢ ਕੇ ਖੁੱਲ੍ਹਾ ਇਨਾਮ ਬਖਸ਼ਦੇ ਨੇ ਸੇਵਾ ਕਰਨ ਵਾਲਿਆਂ ਨੂੰ। ਏਦਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਹੜਾ ਵੀ ਕੋਈ ਪੰਥ ਦੀ ਕੋਈ ਸੇਵਾ ਕਰਦਾ ਥੋੜ੍ਹੀ ਬਹੁਤ ਵੀ ਆ ਕਰਕੇ, ਕੋਈ ਜਲ ਢੋਂਦਾ ਹੈ, ਕੋਈ ਕੁਝ ਕਰਦਾ ਹੈ, ਕੋਈ ਪੱਠੇ ਲਿਆਉਂਦਾ ਸਿੰਘਾਂ ਦੇ ਘੋੜਿਆਂ ਦੇ ਲਈ, ਭਾਵੇਂ ਘੋੜੇ ਬਹੁਤੇ ਨਹੀਂ ਸੀ, ਬਾਕੀ ਸਾਰੀ ਫੌਜ ਪੈਦਲ ਹੀ ਸੀ, ਕੁਝ ਕੁ ਜਥੇਦਾਰਾਂ ਕੋਲ ਘੋੜੇ ਸਨ ਹਾਲਾਂ, ਪਰ ਜੋ ਵੀ ਕੋਈ ਹਾਜ਼ਰ ਕਰਦਾ ਉਸ ਵੇਲੇ ਉਹਨੂੰ ਮਾਇਆ ਦਿੰਦੇ, ਉਸ ਵੇਲੇ ਉਹਨੂੰ ਮੋਹਰ ਫੜਾ ਦਿੰਦੇ। ਤੇ ਕਈ ਐਸੇ ਵੀ ਸਿੰਘ ਆਉਂਦੇ ਜਿਹੜੇ ਐਨ ਤਿਆਰ ਪਰ ਤਿਆਰ ਹੁੰਦੇ, ਕਮਰ ਕੱਸਾ ਕੀਤਾ ਹੁੰਦਾ, ਦੁਮਾਲੇ ਸਜਾਏ ਹੁੰਦੇ, ਸ਼ਸਤਰ ਧਾਰੇ ਹੁੰਦੇ, ਜਿਹੜੇ ਤਾਂ ਤਿਆਰ ਪਰ ਤਿਆਰ ਹੋ ਕੇ ਆਉਂਦੇ ਨੇ ਮਿਲਣ, ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਹੀ ਚੜ੍ਹਾ ਲੈਂਦੇ, ਕਹਿੰਦੇ ਸ਼ਸਤਰ ਧਾਰੇ ਆਓ ਨਾਲ ਪੰਥ ਦੇ ਰਲੋ, ਆਓ ਸਾਡੇ ਨਾਲ ਚਲੋ ਫਿਰ ਸਰਹੰਦ ਫਤਿਹ ਕਰਾਂਗੇ। ਸਤ ਸੰਗਤ ਜੀ ਜਦੋਂ ਹਰ ਇੱਕ ਨੂੰ ਮੋਹਰਾਂ ਵੰਡਣੀਆਂ ਸੋਨੇ ਦੀਆਂ, ਇਹ ਤੇ ਰੌਲਾ ਪੈ ਗਿਆ ਸਾਰੇ ਪਾਸੇ ਵੀ ਬਾਬਾ ਬੰਦਾ ਸਿੰਘ ਬਹਾਦਰ ਕੋਲ ਕਹਿੰਦੇ ਬੜਾ ਮਾਲ ਹੈ, ਜਿਹੜਾ ਵੀ ਕੋਈ ਜਾਂਦਾ ਹੈ ਕੋਈ ਪਲੀ ਤੇਲ ਦੀ ਪਾ ਦਿੰਦਾ ਉਹਨੂੰ ਵੀ ਮੋਹਰ ਫੜਾ ਦਿੰਦੇ ਆ, ਕੋਈ ਲੱਕੜਾਂ ਦੀ ਬਾਲਣ ਦੀ ਇੱਕ ਪੰਡ ਲੈ ਕੇ ਆਉਂਦਾ ਲੰਗਰ ਦੇ ਵਿੱਚ ਉਹਨੂੰ ਇੱਕ ਸੋਨੇ ਦੀ ਮੋਹਰ ਦੇ ਦਿੰਦੇ ਆ। ਰੌਲਾ ਪੈ ਗਿਆ ਚਾਰ ਸਫੇਰੇ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਬੜਾ ਮਾਲ ਹੈ ਭਾਈ, ਬਹੁਤ ਇਹਨਾਂ ਕੋਲ ਮਾਇਆ ਹੈ। ਧਾੜਵੀ ਲੋਕ ਹੁੰਦੇ ਨੇ ਨਾ ਰਾਹਾਂ ਦੇ ਵਿੱਚ, 50 ਜਾਣੇ, 100 ਜਾਣੇ, 60 ਜਾਣੇ ਇਕੱਠੇ ਹੋ ਕੇ ਆਉਂਦੇ ਆ, ਕਹਿੰਦੇ ਵੀ ਇਹ ਸੁਣ ਕੇ ਤੇ ਧਾੜ ਪੈ ਗਈ ਵੀ ਚਲੋ ਬੰਦਾ ਸਿੰਘ ਬਹਾਦਰ ਦੇ ਕੋਲੋਂ ਬੜਾ ਵੱਡਾ ਖਜ਼ਾਨਾ ਲੁੱਟ ਲਿਆਈਏ। ਉਹਨਾਂ ਧਾੜਵੀਆਂ ਨੂੰ ਨਾ ਪਤਾ ਨਹੀਂ ਸੀ ਵੀ ਇਹ ਸਿੰਘ ਕੌਣ ਹੈ, ਵੀ ਬਾਬਾ ਬੰਦਾ ਸਿੰਘ ਬਹਾਦਰ ਕੌਣ ਹੈ, ਕਹਿੰਦੇ ਲੁੱਟਣ ਕਿਹਨਾਂ ਨੂੰ ਆ ਗਏ, ਗੁਰੂ ਕੇ ਖਾਲਸੇ ਨੂੰ, ਤੇ ਉਲਟਾ ਖਾਲਸੇ ਨੇ ਉਹਨਾਂ ਨੂੰ ਲੁੱਟ ਲਿਆ ਜਿਹੜੇ ਆਏ ਸੀ ਲੁੱਟਣ, ਧਾੜਵੀ ਸਿੰਘਾਂ ਨੇ ਫੜ ਲਏ, ਇਹਨੇ ਫੜ ਕੇ ਕਈਆਂ ਨੂੰ ਚੰਗੀ ਤਰ੍ਹਾਂ ਕੁੱਟਿਆ, ਸੋਧਾ ਲਾਇਆ, ਤੇ ਕਈ ਜਿਹੜੇ ਸੀ ਕੁੱਟ ਜ਼ਿਆਦੀ ਪੈਣ ਕਰਕੇ ਕਈ ਇਹਨਾਂ ਦੇ ਬੰਦੇ ਮਾਰੇ ਵੀ ਗਏ, ਤੇ ਜੋ ਕੋਈ ਸ਼ਸਤਰ ਕੁਝ ਲੈ ਕੇ ਆਏ ਸੀ ਉਲਟਾ ਖਾਲਸੇ ਇਹਨਾਂ ਦੇ ਕੋਲੋਂ ਲੁੱਟ ਲਿਆ। ਆਏ ਤੇ ਧਾੜ ਦੇ ਲੋਕ, ਡਾਕੂ ਲੋਕ ਇਕੱਠੇ ਹੋ ਕੇ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਲੁੱਟੀਏ,
ਹੁਣ ਸਿੰਘਾਂ ਬਾਰੇ ਪਤਾ ਨਾ ਹੋਣ ਕਰਕੇ ਉਲਟੇ ਖਾਲਸੇ ਨੇ ਇਹਨਾਂ ਨੂੰ ਲੁੱਟ ਲਿਆ, ਇਹਨਾਂ ਨੂੰ ਢਾ ਲਿਆ ਫੜ ਕੇ। ਇਹਦਾ ਕਹਿੰਦੇ ਵੀ ਰਾਤ ਦੇ ਸਮੇਂ ਨਾ ਕੋਈ ਚੋਰ ਚੋਰੀ ਕਰਨ ਵਾਲਾ ਜਿਹੜਾ ਤੇ ਜਾਂ ਕੋਈ ਧਾੜ ਵੀ ਕੋਈ ਡਾਕਾ ਮਾਰਨ ਵਾਲਾ ਜਦੋਂ ਆਉਂਦਾ ਹੈ ਵੀ ਚਲੋ ਵੀ ਇਹ ਰਾਹ ਦੇ ਵਿੱਚ ਆ ਰਹੇ ਨੇ ਤੇ ਇਹਨਾਂ ਨੂੰ ਲੁੱਟੀਏ। ਬਾਬਾ ਬੰਦਾ ਸਿੰਘ ਬਹਾਦਰ ਪਹਿਲਾਂ ਹੀ ਦੱਸ ਦਿੰਦੇ ਆ, ਖਾਲਸਾ ਜੀ ਅੱਜ ਰਾਤ ਨਾ ਚੋਰ ਆਉਣ ਵਾਲੇ ਜੇ, ਅੱਜ ਰਾਤ ਧਾੜਵੀਆਂ ਨੇ ਪੈਣਾ ਜੇ ਤੁਹਾਡੇ ਡੇਰੇ। ਜੋ ਸਿੰਘਾਂ ਨੂੰ ਪਹਿਲਾਂ ਹੀ ਖਬਰ ਹੋ ਜਾਂਦੀ ਤੇ ਗੁਰੂ ਕਾ ਖਾਲਸਾ ਤਿਆਰ ਪੁਰ ਤਿਆਰ ਰਹਿੰਦਾ, ਤੇ ਜੇ ਕੋਈ ਧਾੜਵੀ ਕੋਈ ਡਾਕੂ ਕੋਈ ਚੋਰ ਆਉਂਦਾ ਤੇ ਗੁਰੂ ਕੇ ਖਾਲਸੇ ਉਹਨੂੰ ਉੱਥੇ ਹੀ ਮਾਰ ਲੈਂਦੇ। ਜਿਹੜਾ ਸਿੰਘਾਂ ਨੂੰ ਲੁੱਟਣ ਆਉਂਦਾ ਸਿੰਘ ਉਲਟਾ ਉਹਨਾਂ ਨੂੰ ਲੁੱਟ ਲੈਂਦੇ, ਜਿਹੜੇ ਖਾਲਸੇ ਨੂੰ ਲੁੱਟਣ ਆਉਂਦੇ ਉਹ ਆਪਣਾ ਵੀ ਖੁਹਾ ਕੇ ਤੇ ਫਿਰ ਜਾਂਦੇ, ਨਾਲੇ ਸੋਧਾ ਲਵਾਉਂਦੇ ਤੇ ਨਾਲੇ ਵਿੱਚ ਕਈ ਕੁੱਟ ਖਾਂਦੇ ਮਾਰੇ ਵੀ ਜਾਂਦੇ। ਇੱਦਾਂ ਖਾਲਸੇ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੜਾ ਪਿਆਰ ਵੱਧ ਗਿਆ। ਬਾਬਾ ਬੰਦਾ ਸਿੰਘ ਬਹਾਦਰ ਖਾਲਸੇ ਨਾਲ ਪਿਆਰ ਕਰਦੇ ਨੇ, ਖਾਲਸਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਪਿਆਰ ਕਰਦਾ ਹੈ। ਜਦੋਂ ਸਿੰਘ ਆਉਂਦੇ ਦੇਖਦੇ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਸਤਿਕਾਰ ਲਈ ਖਲੋ ਜਾਂਦੇ ਹੈ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਉਂਦਾ ਦੇਖਦਾ ਹੈ ਤੇ ਗੁਰੂ ਕੇ ਸਿੰਘ ਉਹਨਾਂ ਦੇ ਆਦਰ 'ਚ ਖਲੋ ਜਾਂਦੇ ਹੈ। ਇੱਦਾਂ ਇੱਕ ਦੂਜੇ ਨਾਲ ਪਰਸਪਰ ਪਿਆਰ ਵੱਧ ਗਿਆ। ਬਾਬਾ ਜੀ ਨੂੰ ਬਹੁਤੀ ਬਾਣੀ ਨਹੀਂ ਸੀ ਹਾਲਾ ਆਉਂਦੀ ਤੇ ਖਾਲਸੇ ਜਿਹੜੇ ਪਹਿਲਾਂ ਤੋਂ ਮਹਾਰਾਜ ਦੇ ਦਲ ਵਿੱਚ ਰਹਿੰਦੇ ਆ ਉਹਨਾਂ ਨੂੰ ਕਹਿੰਦੇ ਮੈਨੂੰ ਬਾਣੀ ਸੁਣਾਓ। ਉਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ, ਸੁਖਮਨੀ ਸਾਹਿਬ ਦਾ ਪਾਠ ਸੁਣਾਉਂਦਾ, ਕੋਈ ਕੋਈ ਨਵੇਂ ਪਾਤਸ਼ਾਹ ਦੇ ਸਲੋਕ ਸੁਣਾਉਂਦਾ, ਕੋਈ ਜਪ ਸਾਹਿਬ ਦਾ ਪਾਠ, ਕੋਈ ਜਾਪ ਸਾਹਿਬ ਦਸਵੇਂ ਪਾਤਸ਼ਾਹ ਦੀਆਂ ਬਾਣੀਆਂ ਸੁਣਾਉਂਦਾ। ਤੇ ਜਦੋਂ ਸਿੱਖ ਬਾਣੀ ਪੜ੍ਹ ਕੇ ਸੁਣਾਉਂਦੇ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਬਹੁਤ ਖੁਸ਼ ਹੁੰਦੇ, ਸਿੰਘਾਂ ਦੇ ਨਾਲ ਬੜਾ ਹੀ ਹਿੱਤ ਕਰਦੇ ਵੀ ਇਹਨੇ ਮੈਨੂੰ ਮੇਰੇ ਪਾਤਸ਼ਾਹ ਦੀ ਬਾਣੀ ਦਾ ਪਾਠ ਸੁਣਾਇਆ ਏ। ਜਦੋਂ ਚੰਡੀ ਦੀ ਵਾਰ ਦਾ ਕਿਤੇ ਪਾਠ ਸੁਣਦੇ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਐਸੇ ਜੋਸ਼ ਵਿੱਚ ਆਏ, ਕਹਿਣ ਲੱਗੇ ਖਾਲਸਾ ਜੀ ਜਿਹੜਾ ਵਜੀਦਾ ਹੈ ਨਾ ਸੂਬਾ ਸਰਹੰਦ, ਇਹਨੂੰ ਤੇ ਹੁਣ ਆਪਾਂ ਮਾਰ ਹੀ ਲੈਣਾ, ਜਗਤ ਦੇ ਲੋਕਾਂ ਨੂੰ ਵਿਖਾਵਾਂਗੇ ਵੀ ਕਿਵੇਂ ਇਹਨੇ ਸਾਡੇ ਮਹਾਰਾਜ ਦੇ ਸਾਹਿਬਜ਼ਾਦਿਆਂ ਦੇ ਮਾਤਾ ਦੇ ਜ਼ੁਲਮ ਕੀਤਾ ਤੇ ਇਹਦੀ ਕੀਤੀ ਦਾ ਫਲ ਅਸੀਂ ਇਹਨੂੰ ਭੁਗਤਾਇਆ, ਅਸੀਂ ਵਜੀਦੇ ਨੂੰ ਮਾਰਾਂਗੇ, ਲੋਕ ਵੇਖਣਗੇ। ਇਹਦਾ ਕਹਿੰਦੇ ਵੀ ਹੁਣ ਇੱਕ ਦਿਨ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਸਿੰਘ ਸੀ ਮਹਾਰਾਜ ਦੇ ਖਾਲਸਿਆਂ ਨੂੰ ਇੱਦਾਂ ਕਹਿਣ ਲੱਗੇ, ਕਹਿਣ ਲੱਗੇ ਵੀ ਕੁਝ ਸਿੰਘ ਤੇ ਚਲੋ ਵੀ ਆ ਕੇ ਮਿਲੇ ਆ, ਕੁਝ ਮਹਾਰਾਜ ਨੇ ਆਪਾਂ ਨੂੰ ਨਾਲ ਦੇ ਕੇ ਭੇਜੇ ਆ, ਪਰ ਜਿਹੜੇ ਸਿੰਘ ਪਿੱਛੇ ਰਹਿ ਗਏ ਨੇ ਨਾ, ਜਿਹੜੇ ਹਾਲਾ ਆਪਣੇ ਦਲ ਦੇ ਵਿੱਚ ਆ ਕੇ ਸ਼ਾਮਿਲ ਨਹੀਂ ਹੋਏ, ਮਾਝੇ ਮਾਲਵੇ ਦੁਆਬੇ ਜਾਂ ਪੁਆਧ ਦੇ ਇਲਾਕੇ ਚੋਂ, ਉਹਨਾਂ ਨੂੰ ਵੀ ਸਦੀ ਉਹਨਾਂ ਨੂੰ ਸੁਨੇਹ ਭੇਜੀਏ ਵੀ ਆਓ ਵੀ ਆ ਕੇ ਦਲ ਦੇ ਵਿੱਚ ਰਲ ਜਾਓ। ਸਰਹੰਦ ਫਤਿਹ ਕਰ ਲੋ, ਆ ਕੇ ਪਹਾੜੀ ਰਾਜਿਆਂ ਨੂੰ ਜਿੱਤ ਲੋ ਤੇ ਫਿਰ ਉਹ ਜਿਹੜੇ ਸਿੰਘ ਹੈ ਨਾ ਇਹ ਧਰਤੀ ਦਾ ਰਾਜ ਆਪਾਂ ਉਹਨਾਂ ਨੂੰ ਹੀ ਬਖਸ਼ ਦਿਆਂਗੇ, ਇਹ ਰਾਜ ਉਹੀ ਲੈਣਗੇ ਇਹਨਾਂ ਤੁਰਕਾਂ ਦੇ ਕੋਲੋਂ ਖੋਹ ਕੇ, ਤੇ ਜਿਹੜੇ ਸਿੰਘ ਆ ਕੇ ਦਲ 'ਚ ਸ਼ਾਮਿਲ ਹੋਣਗੇ ਉਹ ਰਾਜ ਲੈ ਲੈਣ। ਇੱਦਾਂ ਚੱਲਦਿਆਂ ਹੋਇਆ ਜਿਹੜਾ ਬਾਂਗਰ ਦਾ ਇਲਾਕਾ ਹੈ ਨਾ ਦਿੱਲੀ ਤੋਂ, ਜਦੋਂ ਉਰੇ ਆ ਜਾਈਏ ਕਰਨਾਲ ਆਦਿਕ, ਇਹ ਤੋਂ ਅੱਗੇ ਹੋਰ ਜਿਵੇਂ ਕੈਂਥਲ ਜੀਂਦ ਆਦਿਕ ਦਾ ਜਿੰਨਾ ਵੀ ਇਲਾਕਾ ਹੈ ਨਾ ਇਹਨੂੰ ਬਾਂਗੜ ਦਾ ਇਲਾਕਾ ਕਹਿੰਦੇ ਆ। ਜਿਵੇਂ ਮਾਝਾ ਮਾਲਵਾ ਦੁਆਬਾ ਜਾਂ ਬਾਰ ਦਾ ਇਲਾਕਾ ਹੈ ਨਾ, ਇਵੇਂ ਬਾਂਗੜ ਵੀ ਇੱਕ ਇਲਾਕਾ ਇੱਕ ਦੇਸ਼ ਹੈ। ਦਿੱਲੀ ਤੋਂ ਉਰਲੇ ਪਾਸੇ ਜੀਂਦ ਕੈਥਲ ਕਰਨਾਲ ਦਾ ਜਿੰਨਾ ਵੀ ਇਲਾਕਾ ਹੈ ਸਾਰਾ ਬਾਂਗੜ ਦਾ ਇਲਾਕਾ ਕਹਾਉਂਦਾ। ਤੇ ਕਹਿੰਦੇ ਚੱਲਦਿਆਂ ਹੋਇਆ ਹਜ਼ੂਰ ਸਾਹਿਬ ਤੋਂ ਦਿੱਲੀ ਲੰਘ ਕੇ ਤੇ ਬਾਂਗੜ ਦੇ ਇਲਾਕੇ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਵੜ ਕੇ ਪ੍ਰਵੇਸ਼ ਕਰ ਗਏ। ਇੱਕ ਦਿਨ ਦੀ ਕਹਿੰਦੇ ਗੱਲ ਹੈ ਵੀ ਜਿਹੜੇ ਪਿੰਡ 'ਚ ਜਿਹੜੇ ਨਗਰ 'ਚ ਉਤਾਰਾ ਕੀਤਾ ਹੋਊਗਾ ਉੱਥੇ ਕਹਿੰਦੇ ਵੀ ਇੱਕ ਮਸਲਾ ਅੜ ਗਿਆ, ਆ ਕੇ ਉੱਥੇ ਆ ਕਰਕੇ ਮੁਸ਼ਕਲ ਬਣ ਗਏ। ਉਹ ਇੱਦਾਂ ਹੋਇਆ ਵੀ ਜਿਹੜੇ ਪਿੰਡ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਸਿੰਘਾਂ ਸਮੇਤ ਉਤਰੇ ਹੋਏ ਸੀ
उस पिंड नूं दूजे पिंड की धाड़ मारन वास्ते आ रही सी। पहलां लोग धाड़ भी होंदे सी, पंजाह पंजाह सौ सौ दो सौ दे जथे बना लैने, जिहड़ा कोई पिंड माड़ा वेखना ते पिंड लुट लैना, राह विच कोई जांदा डेरा वेखना ते उहनूं लुट लैना, उहनूं धाड़ भी कहिंदे होंदे सन। ते उहनां ने पहलां ही उस पिंड वालिआं नूं धमकी भेजी सी ਵੀ ਅਸੀਂ ਤੁਹਾਨੂੰ ਲੁੱਟਣ ਆ ਰਹੇ ਹਾਂ, ਪਿੰਡ ਛੱਡ ਕੇ ਭੱਜ ਜਾਓਗੇ ਤਾਂ ਤੁਹਾਡਾ ਇਕੱਲਾ ਮਾਲ ਲੁੱਟਾਂਗੇ, ਜੇ ਪਿੰਡ ਵਿੱਚ ਟੱਕਰ ਗਏ ਤੇ ਨਾਲ ਤੁਹਾਨੂੰ ਵੀ ਮਾਰਾਂਗੇ ਤੇ ਮਾਲ ਵੀ ਲੁੱਟ ਕੇ ਲੈ ਕੇ ਜਾਵਾਂਗੇ। ਕਹਿੰਦੇ ਇੱਦਾਂ ਧਾੜ ਨੇ ਧਮਕੀ ਦੇ ਦਿੱਤੀ ਵੀ ਅਸੀਂ ਤੁਹਾਡਾ ਪਿੰਡ ਲੁੱਟਣ ਆਉਣਾ ਏ। ਪਿੰਡ ਦੇ ਲੋਕਾਂ ਨੇ ਸੁਣ ਲਿਆ ਵੀ ਅੱਜ ਸਾਡਾ ਉਜਾੜਾ ਹੋ ਜਾਣਾ, ਵੀ ਫਲਾਨੇ ਪਿੰਡ ਵਾਲੇ ਉਹ ਤਾਂ ਤਗੜੇ ਬੜੇ ਆ, ਉਹਨਾਂ ਕੋਲ ਤੇ ਸ਼ਸਤਰ ਬੜੇ ਆ, ਉਹਨਾਂ ਦੀ ਤਾਂ ਗਿਣਤੀ ਬੜੀ ਆ, ਵੀ ਉਹਨਾਂ ਅੱਜ ਸਾਨੂੰ ਲੁੱਟ ਕੇ ਲੈ ਜਾਣਾ, ਸਾਡਾ ਪਿੰਡ ਉੱਜੜ ਜਾਣਾ ਏ। ਉਹ ਸੁਣ ਕੇ ਤੇ ਪਿੰਡ ਛੱਡ ਕੇ ਭੱਜਣ ਲੱਗੇ। ਜਦੋਂ ਭੱਜੇ ਜਾਂਦੇ ਵੇਖੇ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਹਨਾਂ ਨੂੰ ਧੀਰ ਦਿੱਤੀ, ਕਹਿਣ ਲੱਗੇ ਕਿਉਂ ਭੱਜੇ ਜਾਂਦੇ ਹੋ? ਕਹਿੰਦੇ ਜੀ ਆਹ ਮਾਮਲਾ ਹੈ। ਉਹ ਕਹਿਣ ਲੱਗੇ ਤਾਂ ਭੱਜਿਆਂ ਥੋੜ੍ਹਾ ਗੱਲ ਬਣੇਗੀ, ਜਿੱਥੇ ਅੱਗੇ ਜਾ ਕੇ ਵਸੋਗੇ ਉੱਥੋਂ ਫਿਰ ਤੁਹਾਨੂੰ ਕੋਈ ਕੱਢੇਗਾ, ਫਿਰ ਕੋਈ ਕੱਢੂਗਾ, ਕਿੰਨਾ ਕੁ ਚਿਰ ਇੱਦਾਂ ਕਰੋਗੇ? ਤਗੜੇ ਬਣੋ, ਸ਼ੇਰ ਬਣੋ, ਸਾਡੇ ਹੁੰਦਿਆਂ ਤੁਹਾਡਾ ਕੋਈ ਵਿਗਾੜ ਨਹੀਂ ਸਕਦਾ, ਅਸੀਂ ਤੁਹਾਡੀ ਮਦਦ ਕਰਾਂਗੇ, ਤੁਸੀਂ ਵੀ ਤਗੜੇ ਹੋ ਕੇ ਲੜੋ ਅਤੇ ਅਸੀਂ ਵੀ ਤੁਹਾਡੇ ਆ ਜਿਹੜੇ ਸਿੰਘ ਆਏ ਵੀ ਤੁਹਾਡੀ ਮਦਦ ਕਰਨਗੇ, ਜਿੱਤ ਤੁਹਾਡੀ ਹੋਵੇਗੀ। ਇੱਦਾਂ ਬੜਾ ਹੌਂਸਲਾ, ਬੜੀ ਧੀਰਜ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦਿੱਤੇ। ਇਹ ਤਾਂ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਗੁਰਮਤਾ ਵੀ ਅਸੀਂ ਤੁਹਾਡੀ ਮਦਦ ਕਰਾਂਗੇ। ਪਰ ਉਹ ਪਿੰਡ ਦੇ ਲੋਕਾਂ ਨੂੰ ਹੁਣ ਸਿੰਘਾਂ ਬਾਰੇ ਕੀ ਪਤਾ ਸੀ ਵੀ ਇਹ ਕੌਣ ਨੇ ਅਤੇ ਕਿੰਨੇ ਜੋਗੇ ਆ, ਜਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ ਕੀ ਪਤਾ ਸੀ? ਉਹ ਆਪਸ ਵਿੱਚ ਕਹਿਣ ਲੱਗੇ ਵੀ ਐਵੇਂ ਮਰ ਨਾ ਜਾਇਓ, ਇਹਦੇ ਕੋਈ ਫਕੀਰ ਹੈ, ਸਾਧ ਹੈ, ਵੀ ਇਹਨਾਂ ਦੇ ਪਿੱਛੇ ਲੱਗ ਕੇ ਆਪਣੇ ਪ੍ਰਾਣ ਗਵਾਉਣੇ ਹੈ, ਇੱਥੇ ਰਵਾਂਗੇ ਤਾਂ ਮਾਲ ਵੀ ਲੁੱਟਿਆ ਜਾਊ ਅਤੇ ਜਾਨ ਵੀ ਜਾਊਗੀ। ਭੱਜ ਜੀ ਇੱਥੋਂ, ਮਾਲ ਜਾਂਦਾ ਤਾਂ ਜਾਵੇ, ਪ੍ਰਾਣ ਤਾਂ ਬਚੇ ਰਹਿਣਗੇ। ਇੱਦਾਂ ਇਹਨਾਂ ਪਿੰਡ ਦਿਆਂ ਲੋਕਾਂ ਸਲਾਹ ਕੀਤੀ ਵੀ ਇਹ ਤਾਂ ਫਕੀਰ ਹੈ, ਵੀ ਇਹਨਾਂ ਨੇ ਸਾਡੀ ਕੀ ਮਦਦ ਕਰਨੀ ਹੈ? ਫਿਰ ਕੀ ਹੈ, ਭਾਵੇਂ ਔਰਤਾਂ ਨੇ ਭਾਵੇਂ ਮਰਦ ਹੈ, ਸਾਰੇ ਪਿੰਡ ਛੱਡ ਕੇ ਭੱਜ ਗਏ, ਬਾਰ ਬਾਰ ਜੰਗਲ ਦੇ ਵਿੱਚ ਝਾੜਾਂ ਦੇ ਵਿੱਚ ਜਾ ਕੇ ਲੁਕ ਗਏ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਕੋਲ ਕੇਵਲ ਜਿਹੜੇ ਮਹਾਰਾਜ ਦੇ ਸਿੰਘ ਸਨ ਉਹੀ ਖਲੋਤੇ ਰਹਿ ਗਏ, ਹੋਰ ਪਿੰਡ ਦੇ ਬੰਦੇ ਕਿਸੇ ਨੇ ਹੌਸਲਾ ਨਹੀਂ ਕੀਤਾ, ਅਸੀਂ ਇੱਥੇ ਖਲੋ ਕੇ ਜਿਹੜੀ ਧਾੜ ਹੈਗੀ ਉਹਦੇ ਨਾਲ ਮੁਕਾਬਲਾ ਕਰੀਏ। ਭਾਈ ਰਤਨ ਸਿੰਘ ਜੀ ਲਿਖਦੇ ਆ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਕਹਿਣ ਦੇ ਨਾਲ ਵੀ ਅਸੀਂ ਤੁਹਾਡੀ ਮਦਦ ਕਰਾਂਗੇ, ਤੁਹਾਡੀ ਜਿੱਤ ਹੋਏਗੀ। ਉਹ ਲੋਕ ਪ੍ਰਤੀਤ ਵੀ ਕਿਵੇਂ ਕਰਦੇ? ਉਹਨਾਂ ਨੂੰ ਹੁਣ ਖਾਲਸੇ ਦੇ ਬਾਰੇ ਪਤਾ ਨਹੀਂ ਹੈ। ਜਿਨ੍ਹਾਂ ਲੋਕਾਂ ਨੂੰ ਨਿੱਤ ਜੁੱਤੀਆਂ ਖਾਣ ਦੀ ਆਦਤ ਹੈ ਉਹਨਾਂ ਨੂੰ ਕੀ ਪਤਾ ਵੀ ਅਸੀਂ ਕਿਸੇ ਨੂੰ ਮਾਰ ਵੀ ਸਕਦੇ ਹਾਂ? ਇਹ ਖਾਲਸਾ ਇਹੀ ਕੰਮ ਕਰਨ ਆਇਆ ਸੀ ਵੀ ਜਿਹੜੇ ਕੁੱਟ ਖਾਂਦੇ ਹੈ, ਜਿਨ੍ਹਾਂ ਕੋਲ ਖਾਂਦੇ ਰਹੇ ਉਹਨਾਂ ਨੂੰ ਕੁੱਟਣ ਜੋਗੇ ਹੋ ਜਾਣ। ਪਰ ਉਹਨਾਂ ਭਰੋਸਾ ਨਹੀਂ ਕੀਤਾ, ਬਾਬੇ ਬੰਦੇ ਸਿੰਘ ਬਹਾਦਰ ਦੇ ਬਚਨ ਨਾ ਮੰਨੇ। ਬਾਬਾ ਬੰਦਾ ਸਿੰਘ ਬਹਾਦਰ ਨੇ ਹੋਰ ਹੀ ਵਿਚਾਰ ਕੀਤੀ ਵੀ ਚਲੋ ਇਹ ਜੇ ਪਿੰਡ ਦੇ ਲੋਕ ਸਾਡੇ ਆਖੇ ਨਹੀਂ ਲੱਗਦੇ ਤਾਂ ਆਪਾਂ ਇੱਦਾਂ ਕਰੀਏ, ਬਾਕੀ ਪਿੰਡ ਦੇ ਲੋਕ ਭੱਜੇ ਜਾ ਰਹੇ ਸੀ ਉਹਨਾਂ ਨੂੰ ਨੀ ਬਾਬਾ ਜੀ ਨੇ ਰੋਕਿਆ, ਪਰ ਜਿਹੜੇ ਪਿੰਡ ਦੇ ਪੰਚ ਸਨ ਜਦੋਂ ਉਹ ਭੱਜਣ ਲੱਗੇ ਤੇ ਉਹ ਬਾਹੋਂ ਫੜ ਲਏ, ਕਹਿੰਦੇ ਸੱਜਣੋ ਕਿੱਧਰ ਜਾਂਦੇ ਹੋ? ਉਦਾਂ ਦੇ ਜਦੋਂ ਵੀ ਕੋਈ ਗੱਲ ਹੁੰਦੀ ਕਹਿੰਦੇ ਵੀ ਅਸੀਂ ਪੰਚ ਹੈ, ਅਸੀਂ ਪਿੰਡ ਦੇ ਮੁਖੀ ਹੈ, ਅਸੀਂ ਪਿੰਡ ਦੇ ਮੋਢੀ ਹੈ, ਤੇ ਹੁਣ ਕਹਿੰਦੇ ਵੀ ਪਿੰਡ ਦੇ ਉੱਤੇ ਬਿਪਤਾ ਪਈ ਆ ਤੇ ਪਹਿਲੀਆਂ 'ਚ ਭੱਜ ਰਹੇ ਹੋ? ਬਾਬਾ ਬੰਦਾ ਸਿੰਘ ਬਹਾਦਰ ਨੇ ਸਿੰਘਾਂ ਨੂੰ ਕਹਿ ਕੇ ਜਿਹੜੇ ਪੰਚ ਭੱਜ ਰਹੇ ਸੀ ਨਾ, ਜਿਵੇਂ ਹੁਣ ਪੰਚਾਂ ਦੇ ਉੱਤੇ ਸਰਪੰਚ ਹੁੰਦਾ, ਪਹਿਲਾਂ ਪਿੰਡਾਂ 'ਚ ਪੈਂਚ ਹੀ ਹੁੰਦੇ ਸਨ, ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਪੈਂਚ ਫੜ ਲਏ ਤੇ ਸਾਰਿਆਂ ਪੈਂਚਾਂ ਨੂੰ ਫੜ ਕੇ ਇੱਕ ਕੋਠੇ ਦੇ ਅੰਦਰ ਦਰਵਾਜ਼ਾ ਬੰਦ ਕਰਕੇ ਤੇ ਉਹਨਾਂ ਨੂੰ ਅੰਦਰ ਬੰਦ ਕਰਤਾ ਵੀ ਜੇ ਕੋਈ ਇੱਥੇ ਖਰਾਬਾ ਹੋਇਆ ਤੇ ਪਹਿਲਾਂ ਇਹਨਾਂ ਨੂੰ ਸੋਧਾ ਲਾਵਾਂਗੇ, ਜੇ ਗੱਲ ਠੀਕ ਰਹੀ ਤੇ ਫਿਰ ਸਹੀ ਸਲਾਮਤ ਛੱਡ ਦਿਆਂਗੇ। ਇਹਨੇ ਨੂੰ ਕਹਿੰਦੇ ਵੀ ਜਿਹੜੀ ਧਾੜ ਸੀ ਨਾ, ਜਿਹੜੇ ਦੂਜੇ ਪਿੰਡ ਦੇ ਲੋਕ ਲੁਟੇਰੇ ਲੁੱਟਣ ਆਏ ਸੀ, ਜਿਹੜੇ ਪਿੰਡ 'ਚ ਬਾਬਾ ਬੰਦਾ ਸਿੰਘ ਬਹਾਦਰ ਨੇ ਡੇਰਾ ਕੀਤਾ, ਉਹ ਜਿਹੜੇ ਧਾੜਵੀ ਲੋਕ ਸਨ, ਡਾਕੂ ਸਨ, ਪਿੰਡ ਦੇ ਵਿੱਚ ਆ ਪ੍ਰਵੇਸ਼ ਕੀਤਾ, ਉਹ ਤਾਂ ਇਹ ਵੇਖ ਕੇ ਆਏ ਸੀ ਵੀ ਪਿੰਡ ਸੁੰਨਾ ਹੋਣਾ ਏ ਤੇ ਆਪਾਂ ਜਾਣਾ ਏ ਤੇ ਜਾ ਕੇ ਮਾਲ ਲੁੱਟਣਾ ਏ, ਮੱਝਾਂ ਗਾਵਾਂ ਖੋਲਣੀਆਂ ਨੇ, ਮਾਮਲਾ ਲਿਆਉਣਾ ਤੇ ਵਾਪਸ ਆ ਜਾਣਾ।
पर जो अगे वेख्या बाबा बंदा सिंह बहादुर खलोता है भी ये कौन आ गया। शरीर बड़ा वड्डा सी, चेहरे का प्रताप बड़ा सी, वेख करके ठिठिंबर गए। बाबा बंदा सिंह बहादुर जी उठे जेडे नाल दे सिंह सी, कहन लगे खालसा जी वेले की हो, आ गए लुटेरे डाकू आ गए, फड़ के इन्हां नूं मारना करो। आ जेडे पिंड नूं मारन आए, लुटन आए है, बाबा बंदा सिंह जी कहिंदे इन्हां नूं ही मार के लुट लो, इन्हां नूं हुण सुक्या नहीं जान देना। बस इन्नी गल सुन दी देरी सी, सिंघां ने हल्ला कर दिता डाकुआं दे उत्ते। जिहड़ा सरदार सब तो अगे अगे आ रहा सी ना, बड़ा मुछां नूं वट दिंदा, सिंघां ने भज के जाके पहला उन्हां दा सरदार, उन्हां दा जथेदार ही फड़िया। ओनू फड़ के ते अपने वाले पासे लै आए, ते हुण जदों उन्हां दा सरदार फड़िया गया ते उन्हां दा ध्यान लुट्टण नूं छड के दूजे पासे हो गया। वो चार पांच जाने आउंदे आ वी चलो वी अपना सरदार फड़ लिया, ये सरदार नूं छड़ा के लियाईए, ते जिहड़ा सिंघां दे कोल अपने सरदार नूं छड़ाउण आउंदा ए कहिंदे उल्टा आप फस जांदा, सिंघ उहनूं वी फड़ के धौणो मरोड़ के अंदर सुट लैंदे ने। फिर इत्थे इक होर कला वरती, सिंघ शस्त्रां नाल नहीं लड़े, जेड़े जे चढ़ के आए सी ना बरशे मारदे आ, बरशिया नाल वार करदे आ, तलवारां दा वार करदे ने। सिंघ इधरों ढीमा रोड़े वटे चुक चुक के मार के खड़बाने पाड़ी जा रहे हैं। सिंघां ने सोचा भी जेडे शस्त्र है वह कोई मुगल आवे, कोई वड्डा पठान आवे, उहदे ते मारांगे, ते ये लोग साडे ते ढीमा दी मार नहीं हन। इदा खालसे ने साध संगत ढीमा दे नाल जंग लड़िया, कहिंदे इन्हां दे उत्ते शस्त्र दा की वार कर लाए। इस तरह वह अग्गों बरशा चलाउंदे आ, वह तलवार चलाउंदे आ, कईआं कोल बंदूकां वी सी, जिन्हें चिर दे विच बंदूक दे विच मसाला भर के वह गोली चलाउण लगदे आ, सिंघ वट्टा मार के उहदा मत्था भन दिंदे ने। कहिंदे इदां दा अचंभा हो गया, लोग हैरान हो गए हैं, एक पासे बंदूकां वाले बरशियां वाले कृपाना वाले, ते एक पासे जिहड़े सिंघ आ उहनां म्यान चों ही नहीं कढ़ियां, उहनां बरशे अपने मंजियां तों ही नहीं चुके, ते ढीमा दे नाल ही मारी जा रहे ने। ऐसी कला वरती भी शस्त्र चलाउंदे ते सन वैरी, पर सिंघां दे शरीर दे लागे शस्त्र नहीं उहनां दा आया, इहनां ढीमा मार के डले मार के रोड़े वट्टे मार के भजा दित्ते। ਜਦੋਂ ਖਾਲਸੇ ਨੇ ਢੀਮਾਂ ਦੇ ਨਾਲ ਜੰਗ ਕੀਤਾ ਨਾ ਧਾੜਵੀਆਂ ਦੇ ਨਾਲ, ਤੇ ਜਿਹੜੇ ਪਿੰਡ ਦੇ ਲੋਕ ਭੱਜ ਕੇ ਜੰਗਲ ਦੇ ਵਿੱਚ ਲੁਕੇ ਸਨ, ਉਹਨਾਂ ਨੇ ਉਸ ਵੇਲੇ ਇਹ ਗੱਲ ਜਾਂਚ ਲਈ, ਇਹ ਗੱਲ ਪਰਖ ਲਈ, ਇਹ ਗੱਲ ਉਹਨਾਂ ਨੇ ਭਰੋਸਾ ਕਰ ਲਿਆ ਵੀ ਇਹ ਜਿਹੜਾ ਬੰਦਾ ਸਿੰਘ ਬਹਾਦਰ ਸਾਨੂੰ ਕਹਿੰਦਾ ਸੀ ਨਾ ਭੱਜ ਕੇ ਨਾ ਜਾਓ, ਵੀ ਅਸੀਂ ਤੁਹਾਡੀ ਮਦਦ ਕਰਾਂਗੇ, ਵੀ ਵਾਕਿਆ ਵੀ ਇਹ 'ਚ ਸੱਚੀ ਕਲਾ ਹੈ, ਇਹਦੇ ਵਿੱਚ ਕੋਈ ਸ਼ਕਤੀ ਆ, ਪਿੰਡ ਵਾਲਿਆਂ ਨੂੰ ਹੌਸਲਾ ਵੱਧ ਗਿਆ ਵੀ ਇਹ ਜਿਹੜੇ ਸਿੰਘ ਆ ਇਹਦੇ ਰੋੜੇ ਮਾਰ ਮਾਰ ਕੇ ਸਾਡੇ ਵੈਰੀਆਂ ਨੂੰ ਮਾਰੀ ਜਾਂਦੇ ਨੇ। ਬਸ ਫਿਰ ਕੀ ਆ, ਉਹ ਪਿੰਡ ਦੇ ਲੋਕਾਂ ਦਾ ਵੀ ਹੌਸਲਾ ਵੱਧ ਗਿਆ, ਜਿਹੜੇ ਜੰਗਲ 'ਚ ਭੱਜ ਕੇ ਗਏ ਸੀ ਉਹ ਆਪਣੇ ਘਰੀਂ ਆ ਗਏ, ਘਰਾਂ ਦੇ ਵਿੱਚ ਕਿਸੇ ਨੇ ਕੋਈ ਡਾਂਗ ਬਰਸ਼ਾ ਨੇਜਾ ਜੋ ਕੁਝ ਵੀ ਰੱਖਿਆ ਸੀ ਉਹਨਾਂ ਨੇ ਚੱਕ ਲਿਆ, ਵੀ ਚਲੋ ਅਸੀਂ ਵੀ ਸਿੰਘਾਂ ਵੱਲੋਂ ਹੋ ਕੇ ਧਾੜਵੀਆਂ ਦੇ ਨਾਲ ਲੜੀਏ। ਅੱਗੇ ਸਿੰਘ ਜਿਹੜੇ ਸੀ ਦਲੇਰੀ ਨਾਲ ਲੜ ਰਹੇ ਆ, ਫਿਰ ਪਿੰਡ ਦੇ ਲੋਕ ਵੀ ਵੇਖ ਕਰਕੇ ਆ ਗਏ, ਤੇ ਇਕੱਠਾ ਹੱਲਾ ਬੋਲਿਆ ਤੇ ਧਾੜਵੀਆਂ ਨੂੰ ਮਾਰ ਲਿਆ, ਫਤਿਹ ਕਰ ਲਿਆ। ਜਿਹੜੇ ਪੰਚ ਕੈਦ ਵਿੱਚ ਕੀਤੇ ਸਨ ਬਾਬਾ ਬੰਦਾ ਸਿੰਘ ਬਹਾਦਰ ਨੇ, ਕਹਿੰਦੇ ਵੀ ਉਹ ਪੈਂਚ ਫਿਰ ਛੱਡ ਤੇ, ਜਦੋਂ ਪੈਂਚ ਬਾਬਾ ਜੀ ਨੇ ਛੱਡੇ ਤੇ ਪਿੰਡ ਵਾਲਿਆਂ ਫੜ ਲਏ, ਕਹਿਣ ਲੱਗੇ ਵੀ ਜਿਹੜੀ ਗੱਲ ਤੁਸੀਂ ਕਹਿਣੀ ਸੀ ਉਹ ਸਾਨੂੰ ਬੰਦਾ ਸਿੰਘ ਕਹਿੰਦਾ ਰਿਹਾ ਵੀ ਭੱਜ ਕੇ ਨਾ ਜਾਓ, ਜ਼ਿੰਮੇਵਾਰੀ ਤੁਹਾਡੀ ਬਣਦੀ ਸੀ, ਤੁਸੀਂ ਕਹਿੰਦੇ ਵੀ ਸਾਡੇ ਹੁੰਦੇ ਆ ਤੁਹਾਨੂੰ ਡਰਨ ਦੀ ਲੋੜ ਨਹੀਂ, ਜਿੰਨਾ ਚਿਰ ਅਸੀਂ ਪੈਂਚ ਪਿੰਡ ਦੇ ਮੁਖੀ ਹੈਗੇ ਹਾਂ ਪਹਿਲਾਂ ਸਿਰ ਸਾਡਾ ਲੱਗੇਗਾ ਫਿਰ ਤੁਹਾਡੇ ਤਾਂ ਹੀ ਕੋਈ ਆਊਗਾ। ਪਰ ਸਾਧ ਸੰਗਤ ਇੱਦਾਂ ਨਹੀਂ ਹੁੰਦਾ, ਜਿਹੜੇ ਕੋਈ ਆਪਣੇ ਆਪ ਨੂੰ ਇੱਦਾਂ ਪੈਂਚ ਪੰਚ ਸਰਪੰਚ ਚੌਧਰੀ ਜਾਂ ਮੁਖੀ ਅਖਵਾਉਂਦੇ ਨੇ ਨਾ ਇਲਾਕੇ ਦਾ ਵੀ ਅਸੀਂ ਤੁਹਾਡੇ ਅਫਸਰ ਹੈ, ਜਦੋਂ ਇਹੋ ਜਿਹੀ ਬਣਦੀ ਹੈ ਪਹਿਲਾਂ ਉਹ ਭੱਜਦੇ ਆ, ਕੋਈ ਜਨਤਾ ਦਾ ਵਾਲੀ ਵਾਰਸ ਨਹੀਂ ਬਣਦਾ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਕਾ ਖਾਲਸਾ ਬਣਿਆ ਹੈ। ਇੱਕ ਖਾਲਸਾ ਹੀ ਹੈ ਜਿਹੜਾ ਗਰੀਬ ਗਊ ਦੀ ਬਾਂਹ ਫੜਦਾ ਹੈ, ਸਰਕਾਰਾਂ ਬਾਂਹ ਨਹੀਂ ਫੜਦੀਆਂ। ਇੱਦਾਂ ਜਿਹੜੇ ਪੈਂਚ ਸਨ ਪਹਿਲਾਂ ਕਹਿੰਦੇ ਉਹਨਾਂ ਨੇ ਹੋਰੇ ਕੀਤੇ,
ਵੀ ਤੁਸੀਂ ਸਾਡੇ ਨਾਲ ਦਗਾ ਕੀਤਾ ਹੈ, ਸਾਨੂੰ ਹੌਸਲਾ ਦਿੰਦੇ ਵੀ ਆਪਾਂ ਭੱਜਣਾ ਨਹੀਂ ਪਿੰਡ ਛੱਡ ਕੇ। हौसला बद गए भी लड़े ते लड़दिया होया कहिंदे भी कई मारे गए जिहड़े विरोधी आए सी, कुछ कहिंदे कुट खा के भज गए ते कईआं नूं जिउंदिआं नूं फड़ के कैद कर लिया। ਬਹਾਦਰ ਜੀ ਕਹਿਣ ਲੱਗੇ ਵੀ ਆ ਜਿਹੜੇ ਭੱਜੇ ਜਾਂਦੇ ਨੇ ਨਾ, ਇਹਨਾਂ ਦਾ ਵੀ ਕਿਤੇ ਘਰ ਤੇ ਹੋਊਗਾ, ਇਹਨਾਂ ਧਾੜਵੀਆਂ ਦਾ ਇਹਨਾਂ ਦਾ ਵੀ ਕੋਈ ਪਿੰਡ ਹੋਵੇਗਾ। ਕਹਿੰਦੇ ਇਹਨਾਂ ਦਾ ਪਿੱਛਾ ਕਰੋ ਤੇ ਜਿਹੜੇ ਪਿੰਡ ਦੇ ਵਿੱਚ ਜਿੱਥੇ ਜਾ ਕੇ ਆਪਣੇ ਘਰਾਂ 'ਚ ਪ੍ਰਵੇਸ਼ ਕਰਨ ਜਿਹੜੇ ਲੁੱਟਣ ਆਏ ਸੀ, ਕਹਿੰਦੇ ਹੁਣ ਇਹਨਾਂ ਦਾ ਪਿੰਡ ਜਾ ਕੇ ਲੁੱਟੋ, ਇਹਨਾਂ ਦੇ ਘਰਾਂ 'ਤੇ ਜਾ ਕੇ ਹਮਲਾ ਕਰੋ, ਇਹਨਾਂ ਲੋਕਾਂ ਨੂੰ ਕੰਨ ਹੋ ਜਾਣ ਵੀ ਜੇ ਅਸੀਂ ਕਿਸੇ 'ਤੇ ਚੜ੍ਹਾਈ ਕਰਾਂਗੇ ਤਾਂ ਕੱਲ੍ਹ ਸਾਡੇ 'ਤੇ ਵੀ ਚੜ੍ਹ ਕੇ ਆਉਣਗੇ। ਬਸ ਕਹਿਣ ਦੀ ਦੇਰ ਸੀ, ਬਾਬਾ ਜੀ ਦੇ ਖਾਲਸਾ ਉਸੇ ਦੇ ਨਜ਼ਾਰੇ ਜਕਾਰੇ ਬੁਲਾਉਂਦੇ ਆ, ਜਿਹੜੇ ਭੱਜੇ ਜਾਂਦੇ ਧਾੜਵੀ ਸਨ ਉਹਨਾਂ ਦੇ ਪਿੱਛੇ ਲੱਗ ਗਏ ਤੇ ਜਿਹੜੇ ਧਾੜਵੀ ਸੀ ਉਹ ਜਦੋਂ ਆਪਣੇ ਪਿੰਡ ਪਹੁੰਚੇ ਤੇ ਵੇਖਿਆ ਵੀ ਇਹ ਸਿੰਘ ਤਾਂ ਸਾਡੇ ਮਗਰੇ ਹੀ ਆ ਗਏ ਆ, ਉਹ ਆਪਣਾ ਪਿੰਡ ਛੱਡ ਕੇ ਆਪਣਾ ਘਰ ਘਾੜ ਛੱਡ ਕੇ ਤੇ ਉੱਥੋਂ ਗਾਂਹ ਭੱਜ ਗਏ, ਉੱਥੇ ਖਲੋਤੇ ਹੀ ਨਾ ਡਰਦੇ। ਖਾਲਸੇ ਨੇ ਫਿਰ ਉਹਨਾਂ ਡਾਕੂਆਂ ਦਾ ਪਿੰਡ ਲੁੱਟਿਆ ਐਨ ਰੀਝ ਦੇ ਨਾਲ ਤੇ ਉੱਥੇ ਹੀ ਆਪਣਾ ਪੜਾਅ ਕਰ ਲਿਆ, ਉੱਥੇ ਡੇਰਾ ਕਰ ਲਿਆ। ਤੇ ਇਹ ਜਦੋਂ ਏਦਾਂ ਹੋਇਆ ਨਾ ਵੀ ਢੀਮਾ ਮਾਰ ਕੇ ਹੀ ਵੈਰੀ ਭਜਾ ਲਏ ਆ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਦਾਬਾ ਜਿਹੜਾ ਸੀ ਨਾ ਬਾਂਗੜ ਦੇਸ਼ ਵਿੱਚ ਹੋ ਗਿਆ, ਲੋਕਾਂ ਨੂੰ ਪਤਾ ਲੱਗ ਗਿਆ ਵੀ ਲੁੱਟਣ ਵਾਲਿਆਂ ਨੂੰ ਵੀ ਲੁੱਟਣ ਵਾਲੇ ਆ ਗਏ ਆ, ਕੋਈ ਹੁਣ ਜਿਹੜੇ ਚੜ੍ਹ ਕੇ ਆਉਂਦੇ ਆ ਉਹਨਾਂ ਨੂੰ ਭਾਜੀ ਮੋੜਨ ਵਾਲੇ ਵੀ ਕੋਈ ਆ ਗਏ ਆ। ਇੱਦਾਂ ਲੋਕਾਂ ਵਿੱਚ ਗੱਲ ਫੈਲ ਗਈ, ਬਾਬਾ ਬੰਦਾ ਸਿੰਘ ਬਹਾਦਰ ਗੁਰੂ ਕੇ ਖਾਲਸੇ ਦਾ ਰੋਹਬ ਜਿਹੜਾ ਸੀ ਨਾ ਦਬਕਾ ਜਿਹੜਾ ਸੀ ਉਹ ਬਾਂਗੜ ਵਿੱਚ ਫੈਲ ਗਿਆ। ਇੱਦਾਂ ਜਿਹੜੇ ਬੰਨੇ ਹੋਏ ਸੀ ਨਾ ਉਹ ਲੁਟੇਰੇ ਜਿਹੜੇ ਧਾੜਵੀ, ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਦਿਲ ਵਿੱਚ ਦਇਆ ਆਈ ਕਿਉਂਕਿ ਖਾਲਸਾ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਕਰਦਾ। ਕਹਿੰਦੇ ਇਹਨਾਂ ਨੇ ਇੰਨੀ ਬੜੀ ਆ ਭਾਈ, ਜਿਹੜੇ ਬੰਨੇ ਆ ਨਾ ਜਿਹੜੇ ਕੈਦ ਕੀਤੇ ਇਹਨਾਂ ਸਾਰਿਆਂ ਨੂੰ ਛੱਡ ਦਿਓ। ਜਦੋਂ ਛੱਡਿਆ ਤੇ ਫਿਰ ਬਾਬਾ ਜੀ ਨੇ ਬੜੀ ਕਿਰਪਾ ਕੀਤੀ, ਬੜਾ ਤਰਸ ਕੀਤਾ ਜਿਹੜੇ ਬੰਦੇ ਬੰਨੇ ਸਨ। ਬਾਬਾ ਬੰਦਾ ਸਿੰਘ ਬਹਾਦਰ ਜੀ ਕਹਿਣ ਲੱਗੇ ਖਾਲਸਾ ਜੀ ਇਹਨਾਂ ਗਲਤੀ ਕੀਤੀ, ਇਹਨਾਂ ਨੂੰ ਫਲ ਮਿਲ ਗਿਆ, ਇਹਨਾਂ ਦੀਆਂ ਜਿਹੜੀਆਂ ਵਸਤੂਆਂ ਨੇ ਕੁਝ ਮੱਝਾਂ ਗਾਵਾਂ ਯਾਦ ਕੋ ਵੀ ਵਾਪਸ ਮੋੜ ਦੇ ਇਹਨਾਂ ਨੂੰ ਸਾਰਾ ਕੁਝ। ਅੱਜ ਸੋਨਾ ਚਾਂਦੀ ਯਾਦਕ ਹੈ ਉਹ ਰੱਖ ਲਓ ਆਪਣੇ ਕੋਲ, ਇਹਨਾਂ ਨੂੰ ਥੋੜ੍ਹਾ ਜਿਹਾ ਫਲ ਤਾਂ ਮਿਲੇ, ਸੇਕ ਲੱਗਾ ਹੋਊਗਾ, ਬਾਕੀ ਇਹਨਾਂ ਦਾ ਜੋ ਮਾਲ ਡੰਗਰ ਹੈ ਘਰ ਘਾਟ ਸਾਰਾ ਇਹਨਾਂ ਦਾ ਕਬਜ਼ਾ ਕਰਾ ਦਿਓ ਤੇ ਸੋਨਾ ਚਾਂਦੀ ਰੱਖ ਲਿਓ, ਕਿਤੇ ਖਾਲਸੇ ਦੇ ਕੰਮ ਆਵੇਗਾ। ਜਿੱਥੇ ਸਾਧ ਸੰਗਤ ਜੀ ਇਹ ਧਾੜਵੀਆਂ ਦੇ ਪਿੰਡ ਤੇ ਕਬਜ਼ਾ ਕੀਤਾ ਸੀ ਨਾ ਉੱਥੇ ਕੱਚੀ ਕੰਧ ਸੀ ਇੱਕ, ਬਾਬਾ ਬੰਦਾ ਸਿੰਘ ਬਹਾਦਰ ਜੀ ਕੰਧ ਦੇ ਉੱਤੇ ਚੜ੍ਹ ਗਏ ਤੇ ਕੰਧ ਦੇ ਉੱਤੇ ਚੜ੍ਹ ਕੇ ਜਿੱਦਾਂ ਘੋੜੇ ਦੇ ਨਹੀਂ ਘੋੜੇ ਨੂੰ ਭਜਾਈ ਦਾ ਉਹਨੂੰ ਪਲਾਕੀ ਮਾਰੀ ਦੀ, ਜਦੋਂ ਪਲਾਕੀ ਮਾਰ ਕੇ ਚੜ੍ਹ ਕੇ ਤੇ ਅੱਡੀ ਦੇਈ ਦੀ ਹੈ ਨਾ ਅੱਡੀ ਲਾਈ ਦੀ ਹੈ ਵੀ ਭੱਜ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜਿਵੇਂ ਘੋੜੇ ਦੇ ਚੜ੍ਹੀ ਦਾ, ਕਿਉਂਕਿ ਸਿੰਘਾਂ ਕੋਲ ਘੋੜੇ ਨਹੀਂ ਸਨ ਨਾ ਉਦੋਂ, ਉਦੋਂ ਪੈਦਲ ਹੀ ਸਨ ਬਹੁਤੇ, ਕੋਈ ਇੱਕ ਦੋ ਘੋੜੇ ਦਲ 'ਚ ਹੋਣਗੇ ਜਦੋਂ ਹਜ਼ੂਰ ਸਾਹਿਬ ਨੂੰ ਤੁਰੇ ਆ, ਪੈਦਲ ਹੀ ਆ ਰਹੇ ਸੀ ਸਾਰੇ। ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਕੰਧ ਦੇ ਉੱਤੇ ਚੜ੍ਹ ਕੇ ਇੱਦਾਂ ਲੱਤਾਂ ਮਾਰਦੇ ਆ, ਇੱਦਾਂ ਅੱਡੀ ਲਾਉਂਦੇ ਆ ਜਿਵੇਂ ਘੋੜੇ ਨੂੰ ਲਾਈ ਦੀ ਹੈ। ਕੰਧ ਦੇ ਉੱਤੇ ਚੜ੍ਹਿਆ ਹੋਇਆ ਖਾਲਸੇ ਨੂੰ ਕਹਿਣ ਲੱਗੇ ਖਾਲਸਾ ਜੀ ਗੁਰੂ ਕਲਗੀਧਰ ਮਹਾਰਾਜ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਸਾਨੂੰ ਤੁਹਾਡੇ ਲਈ ਘੋੜੇ ਆਉਂਦੇ ਦਿਖ ਰਹੇ ਆ। ਕਹਿੰਦੇ ਤਿਆਰੀ ਕਰ ਲਓ, ਜਿੱਥੇ ਘੋੜੇ ਬੰਨਣੇ ਆ ਗਾੜਾ ਪਛਾੜਾ ਲਾਉਣਾ ਉਹਨਾਂ ਦੇ ਕਿੱਲੇ ਘੜ ਕੇ ਪਹਿਲਾਂ ਹੀ ਤਿਆਰੀ ਕਰ ਲਓ, ਸਾਨੂੰ ਘੋੜੇ ਆਉਂਦੇ ਦਿਖਦੇ ਨੇ। ਇਸ ਤਰ੍ਹਾਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਵੇਖਿਆ ਨਾ ਵੀ ਘੋੜੇ ਆ ਰਹੇ ਨੇ ਵੀ ਕਿੱਲੇ ਘੜ ਲੈਣੇ ਚਾਹੀਦੇ ਆ, ਪਹਿਲਾਂ ਹੀ ਤਿਆਰੀ ਹੋਣੀ ਚਾਹੀਦੀ ਆ। ਤੇ ਜਿਹੜੇ ਸਿੰਘ ਸੀ ਉਹਨਾਂ ਨੂੰ ਉੱਚੀ ਆਵਾਜ਼ ਦੇ ਵਿੱਚ ਕਹਿਣ ਲੱਗੇ ਖਾਲਸਾ ਜੀ ਸੁਣੋ,
रस्से लभ लवो कठे कर लवो अगाड़ा पछाड़ा बनाणी रस्से वट लवो क्योंकि गुरु गोबिंद सिंह महाराज जी ने कले है ते अपने आप ही साढ़े को घोड़े आएंगे अगे तुर के जाते हैं बहुते सिंह हूँ आप घोड़िया के चढ़ के जावे घोड़े आ रहे ने अपने को बस घोड़े आ ही रहे ने ते तुसी ढिल ना करो उस वे फड़ लेने जो घोड़े आन जो महाराज भेजण ते अपने अपने उस कब्जे में कर लेने हैं जो कंध के उत्ते चढ़ के बाबा बंदा सिंह बहादुर जी इदा कह रहे ने जिवे घोड़े नूं अड्डी लाई दी इदा कंध दे उत्ते कर रहे ने ते सिंघां नूं कहिंदे वी रस्से वट लो किले घड़ लो ते हुणे घोड़े आउण ही आ रहे आ फिर कब्जे च कर लिओ अपने जदों इस तरह बाबा बंदा सिंह बहादुर जी ने कहा जिहड़े खालसे सी उहनां ने उह बचन सत करके मान लिया भी ये बाबा बंदा सिंह बहादुर कोई झूठा बचन नहीं करता उहनां उही जतन कीता पिंड विच उतारा ते कीता ही सी गए तो जा करके कारीगर के कोलो किले कढ़ा ले कुछ लै आए दब कई आदि को रस्से वट के तैयारी कर ले जो इदा तैयारी हो गई ना सारी किले घड़े घुड़े गए तो बाबा बंदा सिंह बहादुर जी ने किया भी जेडे पिंड में उतरे आदि चार सफेरे जेडे नेड़े नेड़े पिंड हैं उन्होंने पिंडा दे वेज कुछ अपने सिंह भेजे कोई बंदा बंदे भेजे सुनेहा दे के करो हम सोच ने पिंडा दे सुनेहा भेजे भी आओ अज तो इतने साडा राज है भी जिहड़ा मामला तुसी सरकार नूं दिंदे सी हुण मामला सानू करो वो की लैना है असी तुहाडे को तुसी सानू की दे सकदे हो आके साडे नाल बह के गल कर लो पिंडा दीआं पंचायतां बाबा बंदा सिंह बहादुर जी ने सद लईआं यह भी नाल सुनेहा भेजता भी असी तुहाडा खून नहीं चूसांगे जिवें सरकार चूसदी है सानू तां तुसी दुध दही उदों लवेरा बहुत हुंदा सी लोकां को आम ही हुंदा सी कहिंदे दुध लै आयो सिंघां दे छकण दे लई कोई दही लै आयो कोई देसी घ्यो लै आयो जे कोई बनाया होया ते थोड़ा बहुत अन्न लै आयो रंगल दी रस्त लै आयो कहिंदे भी जे साडे नाल तुसीं आ के भ्याली करोगे ना जे साडे नाल मिलोगे तुहाडे कोल असीं होर कुछ नहीं मंगांगे कोई पैसा नहीं तुहानूं देना पवेगा कोई टैक्स नहीं देना पवेगा ना असीं मंगांगे ते ना तुहाडे कोई बाहरों आ के मंगेगा दुध दही दे के तुहाडा खड़ा छुट जाएगा कहिंदे भी जे साडे नाल आ के रलोगे ते तुहानूं कहिंदे भी मुल्क दे राजे भी बना देवांगे जगीरां लै देवांगे जगीर किवें मिलेगी कहिंदे आओ ते आ के सिंह सजो अमर छको खालसे बन जाओ ते बाबा बंदा सिंह बहादुर जी ने नेड़े तेड़े दे पिंडां सुनेहा भेजिया जे खालसे सजोगे ते तुहानूं जगीरां लै देवांगे जे साडे तो परे परे रहोगे फिर रईयत बन के रहोगे साडी पब्लिक बन के रहना पवेगा कौन मने बिन भागे हो भई फरियादी जाए भाई रतन सिंह जी कहिंदे भी बिना चंगे भागा तो कौन है भी जेड़ा खालसे दा बचन मने उन्हें बचन की मनना सी सगो जाके टौटियां करन लग पए नेड़े ही कहिंदे भी हाकम सी कैंसल दा उहदे कोल जाके उन्होंने फरियाद कीती है फौजदार कायम किए भी तू मामला ग्राह ते ग्राह के सानू दिल्ली भेजिया कर कैंथल दे विच फौजदार सी जदों सिंघां ने नेड़े नेड़े पिंड वालियां नूं कहा भी आओ साडे नाल मिल के बैठो दही दुध लियाया करो खालसे लई ते तुहाडी राखी असी करांगे वह नहीं आए उन्होंने भाग माड़े से सगो उल्टा शिकायत करने वास्ते कैंथल के फौजदार दे कोल चले गए कहिंदे भी राज ते तुहाडा ए आ होर ही सिंह आ गए ने सानू कहिंदे आ भी मामला दिओ
ਤੇ ਉਥੋਂ ਫੌਜ ਚੜਾ ਕੇ ਸਿੰਘਾਂ ਦੇ ਲੈ ਆਏ। ਇਲਾਕੇ ਦੀ ਜਿਹੜੀ ਗਰਾਹੀ ਆ ਨਾ, ਜਿਹੜਾ ਟੈਕਸ ਇਹੀ ਲੈਂਦਾ ਤੇ ਗਰਾਹ ਕੇ ਫਿਰ ਦਿੱਲੀ ਭੇਜਦਾ। ਫਕੀਰ ਬੰਦੇ ਹਮਲੀਨੇ ਮਾਰ, ਇਹਦੇ ਕੋਲ ਜਾ ਕੇ ਲੋਕਾਂ ਫਰਿਆਦ ਕੀਤੀ ਵੀ ਇੱਕ ਬੰਦੇ ਨਾਮ ਦਾ ਫਕੀਰ ਆਇਆ ਹੈ, ਉਹਨੇ ਤਾਂ ਸਾਨੂੰ ਮਾਰ ਲਿਆ ਜੀ, ਉਹ ਤੁਹਾਨੂੰ ਮਾਮਲਾ ਜਿਹੜਾ ਦੇਣਾ ਹੈ। ਉਹ ਕਹਿੰਦਾ ਵੀ ਸਾਨੂੰ ਤਾਰਿਆ ਕਰੋ। ਇੱਦਾਂ ਜਾ ਕੇ ਲੋਕਾਂ ਨੇ ਪੁਕਾਰ ਕੀਤੀ ਫੌਜਦਾਰ ਦੇ ਕੋਲ ਵੀ ਬੰਦੇ ਨਾਂ ਦਾ ਕੋਈ ਫਕੀਰ ਆਇਆ ਹੈ, ਤੇ ਉਹ ਸਾਨੂੰ ਕਹਿੰਦਾ ਵੀ ਹੁਣ ਰਾਜ ਸਾਡਾ ਏ, ਤੁਹਾਡੀ ਜਿਹੜੀ ਉਗਰਾਹੀ ਸੀ ਨਾ ਉਹ ਬੰਦੇ ਬਹਾਦਰ ਨੇ ਬੰਦ ਕਰ ਦਿੱਤੀ ਹੈ। ਹਜੇ ਖਾਲਸੇ ਨੇ ਕੀ ਮੰਗਿਆ ਸੀ? ਦੁੱਧ ਦਹੀਂ ਮੰਗਿਆ ਹੈ, ਅੰਨ ਦੇ ਦਿਓ ਵੀ ਲੰਗਰ ਬਣਾ ਲਾਂਗੇ। ਪਰ ਇਹਨਾਂ ਵਧਾ ਕੇ ਗੱਲ ਜਾ ਕੇ ਕਹੀ ਵੀ ਉਹ ਤੇ ਸਾਨੂੰ ਕਹਿੰਦੇ ਵੀ ਟੈਕਸ ਸਾਨੂੰ ਉਤਾਰੋ, ਪੈਸੇ ਸਾਨੂੰ ਦਿਓ, ਮਾਮਲਾ ਸਾਨੂੰ ਦਿਓ। ਇਹ ਫੌਜਦਾਰ ਜੀ ਜਿਹੜੀ ਤੁਹਾਡੀ ਉਗਰਾਹੀ ਆ ਨਾ, ਉਹ ਤਾਂ ਬੰਦੇ ਨੇ ਬੰਦ ਕਰਤੀ ਹੈ, ਸਾਨੂੰ ਕਹਿੰਦਾ ਵੀ ਜੇ ਉੱਧਰ ਕੋਈ ਦਿੱਤਾ ਤੇ ਮਾਰਾਂਗਾ ਮੈਂ। ਉਹਨੂੰ ਗੁੱਸਾ ਆ ਗਿਆ, ਕਹਿੰਦਾ ਮੈਂ ਵੇਖਾਂ ਵੀ ਕਿਹੜਾ ਬੰਦਾ ਆ ਗਿਆ, ਕਿਹੜਾ ਗੁਰੂ ਕਾ ਖਾਲਸਾ ਆ ਗਿਆ। ਉਸੇ ਵੇਲੇ ਜਿਹੜਾ ਉਹ ਖੱਤਰੀ ਫੌਜਦਾਰ ਸੀ, ਫੌਜ ਲੈ ਕੇ ਬੜੇ ਗੁੱਸੇ ਦੇ ਨਾਲ ਚੜ੍ਹ ਪਿਆ। ਕਹਿੰਦਾ ਵੀ ਜਿਹੜਾ ਤੁਹਾਡੇ ਕੋਲ ਮਾਮਲਾ ਮੰਗਦਾ, ਸਾਡੀਆਂ ਗਰਾਹੀਆਂ ਬੰਦ ਕਰਦਾ ਏ, ਹੁਣੇ ਮੈਂ ਜਾ ਕੇ ਉਹਨੂੰ ਜਾ ਕੇ ਫੜ ਕੇ ਤੇ ਜੋ ਕੁਝ ਉਹਦੇ ਕੋਲ ਆ ਲੁੱਟ ਕੇ ਲੈ ਕੇ ਆਵਾਂਗਾ। ਤੇ ਜਿਹੜੇ ਲੋਕ ਆਏ ਸੀ ਨਾ, ਜਿਹੜੇ ਆਮ ਪਬਲਿਕ ਆਈ ਸੀ, ਫੌਜਦਾਰ ਕਹਿੰਦਾ ਤੁਹਾਨੂੰ ਛੂਟ ਦਿੱਤੀ, ਜਾਓ ਤੁਹਾਡੇ ਕੋਲ ਇਸ ਵਾਰ ਦਾ ਮੈਂ ਮਾਮਲਾ ਨਹੀਂ ਲਊਂਗਾ, ਤੁਸੀਂ ਮੇਰੇ ਨਾਲ ਹੀ ਆ ਜਾਓ, ਜਦੋਂ ਅਸੀਂ ਉਹਨਾਂ ਨੂੰ ਜਾ ਕੇ ਮਾਰਾਂ ਕੁੱਟਾਂਗੇ ਤੇ ਤੁਸੀਂ ਲੁੱਟ ਲਿਓ। ਸਿੰਘਾਂ ਨੂੰ ਜੋ ਲੁੱਟਿਆ ਜਾਂਦਾ ਏ ਲੁੱਟ ਮਾਫ ਹੈ ਤੁਹਾਨੂੰ। ਇੱਦਾਂ ਕਹਿ ਕੇ ਕੈਂਥਲ ਤੋਂ ਫੌਜਦਾਰ ਉਸ ਪਾਸੇ ਨੂੰ ਚੜ੍ਹਿਆ ਜਿਹੜੇ ਪਿੰਡ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਗੁਰੂ ਕੇ ਸਿੰਘ ਆਏ ਸਨ। ਬੜੀ ਛੇਤੀ ਦੇ ਨਾਲ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਕੋਲ ਪਹੁੰਚ ਗਿਆ। ਇੱਧਰ ਹੁਣ ਖਾਲਸੇ ਨੇ ਹੋਰ ਹੀ ਵਿਉਂਤ ਬਣਾਈ ਸੀ, ਕਿਉਂਕਿ ਬਾਬਾ ਬੰਦਾ ਸਿੰਘ ਜੀ ਨੇ ਕਿਹਾ ਸੀ ਨਾ ਵੀ ਘੋੜੇ ਆਉਂਦੇ ਦਿਖਦੇ ਆ, ਇਹਨਾਂ ਨੂੰ ਆਉਂਦਿਆਂ ਵੇਖ ਕੇ ਜਿਹੜੇ ਘਰ ਢੱਠੇ ਜਿਹੇ ਹੋਏ ਸਨ, ਕੰਧਾਂ ਢੱਠੀਆਂ ਸਨ, ਪਿੰਡ ਦੀਆਂ ਗਲੀਆਂ ਭੀੜੀਆਂ ਸੀ, ਬਾਬਾ ਬੰਦਾ ਸਿੰਘ ਜੀ ਬਹਾਦਰ ਉੱਠ ਕੇ ਤੇ ਇੱਕ ਕੰਧ ਦੇ ਓਹਲੇ ਲੁਕ ਗਏ। ਖਾਲਸੇ ਨੇ ਫੌਜ ਵੇਖ ਕੇ ਨੱਠਣ ਦਾ ਨਹੀਂ ਯਤਨ ਕੀਤਾ, ਸਗੋਂ ਵਿਉਂਤ ਬਣਾਈ ਵੀ ਆਪਾਂ ਇਹਨਾਂ ਆਇਆ ਹੋਇਆ ਨਾਲ ਕਿਵੇਂ ਯੁੱਧ ਕਰਨਾ ਏ। ਆ ਜਿਹੜਾ ਯਤਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸੋਚਿਆ ਸੀ ਨਾ ਵੀ ਇੱਕ ਵਾਰ ਇਹ ਜਿਹੜੀ ਫੌਜ ਚੜ੍ਹ ਕੇ ਆ ਰਹੀ ਹੈ ਵੀ ਸਾਰੇ ਜਦੋਂ ਪਿੰਡ ਦੇ ਵਿੱਚ ਘਿਰ ਜਾਣ, ਜਦੋਂ ਸਾਡੀ ਮਾਰ ਥੱਲੇ ਆ ਜਾਣਗੇ ਤੇ ਉਦੋਂ ਅਸੀਂ ਇਹਨਾਂ ਤੇ ਹਮਲਾ ਕਰਾਂਗੇ। ਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਿੰਘਾਂ ਨੂੰ ਵੀ ਖਾਲਸੇ ਨੂੰ ਵੀ ਚੰਗੀ ਤਰ੍ਹਾਂ ਸਮਝਾ ਤਾ ਵੀ ਜਿੰਨਾ ਚਿਰ ਮੇਰਾ ਇਸ਼ਾਰਾ ਨਾ ਹੋਵੇ ਉਹਨਾਂ ਚਿਰ ਤੁਸੀਂ ਹਮਲਾ ਨਹੀਂ ਕਰਨਾ, ਤੇ ਨਾਲ ਇਹ ਵੀ ਸਮਝਾਇਆ ਵੀ ਸ਼ਸਤਰ ਆਪਾਂ ਇੱਥੇ ਵੀ ਨਹੀਂ ਚਲਾਉਣੇ, ਬਿਨਾਂ ਸ਼ਸਤਰਾਂ ਤੋਂ ਹੀ ਇਹਨਾਂ ਨੂੰ ਮਾਰ ਲੈਣਾ ਏ। ਉੱਧਰ ਜਿਹੜਾ ਫੌਜਦਾਰ ਆਇਆ ਸੀ ਉਹਦੇ ਨਾਲ 400 ਘੋੜ ਸਵਾਰ ਸਨ, ਘੋੜੇ ਚਾਹੀਦੇ ਸੀ ਨਾ ਖਾਲਸੇ ਨੂੰ, ਤੇ ਵਿਉਂਤ ਹੀ ਐਸੀ ਬਣਾਈ ਲੋਕਾਂ ਨੂੰ, ਕਹਿੰਦੇ ਲਿਆਓ ਮਾਮਲਾ, ਪਤਾ ਸੀ ਵੀ ਇਹ ਫਰਿਆਦੀ ਹੋਣਗੇ, ਇਹ ਫਰਿਆਦੀ ਹੋਣਗੇ ਤੇ ਉਧਰੋਂ ਫੌਜ ਚੜ੍ਹ ਕੇ ਆਏਗੀ, ਜਦੋਂ ਚੜ੍ਹ ਕੇ ਆਉਣਗੇ ਤੇ ਘੋੜੇ ਵੀ ਲਿਆਉਣਗੇ, ਤੇ ਉਹ ਕਬਜ਼ੇ 'ਚ ਕਰਨ ਦੀ ਵਿਉਂਤ ਬਣਾਈ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ। ਇਵੇਂ 400 ਘੋੜ ਸਵਾਰ ਜਿਹੜੇ ਚੜ੍ਹ ਕੇ ਆਏ, ਤੇ ਇਹਨਾਂ ਤੋਂ ਇਲਾਵਾ ਬਾਂਗਰ ਦੇਸ਼ ਦੇ ਹੋਰ ਜਿਹੜੇ ਲੋਕ ਸਨ ਜਿਨ੍ਹਾਂ ਨੂੰ ਫੌਜਦਾਰ ਨੇ ਖੁੱਲ ਦਿੱਤੀ ਆ ਵੀ ਤੁਸੀਂ ਵੀ ਲੁੱਟ ਸਕਦੇ ਤਾਂ ਲੁੱਟ ਲਿਓ, ਉਹ ਵੀ ਨਾਲ ਹੀ ਆ ਗਏ। ਜਿਹੜਾ ਫੌਜਦਾਰ ਸੀ ਲੱਭਦਿਆਂ ਲੱਭਦਿਆਂ ਪਿੰਡ ਦੀਆਂ ਗਲੀਆਂ 'ਚ ਵੜਿਆ ਤੇ ਉੱਥੇ ਪਹੁੰਚ ਗਿਆ ਉਸ ਕੰਧ ਦੇ ਨੇੜੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਇੱਕ ਕੰਧ ਦੇ ਹੋਲੇ ਓਹਲੇ ਹੋ ਕੇ ਲੁੱਕ ਕੇ ਆਪਣਾ ਦਾਅ ਲਾਉਣ ਲਈ ਵੇਖ ਰਹੇ ਸਨ। ਇਹਨੇ ਬੜਾ ਮੰਦਾ ਚੰਗਾ ਬੋਲਿਆ, ਬੜੀਆਂ ਗਾਲਾਂ ਕੱਢੀਆਂ, ਬਹੁਤ ਕੁਝ ਬੋਲਿਆ, ਕੌਣ ਹੋ ਤੁਸੀਂ, ਕਿਹੜੇ ਮੇਰੇ ਇਲਾਕੇ ਟੈਕਸ ਕਰਾਉਂਦੇ ਫਿਰਦੇ ਹੋ,
ते माड़ियां भैड़ियां गल्लां कीतियां गालां भी कढ़ियां पर बाबा बंदा सिंह बहादुर जी बिल्कुल चुप रहे वह गाड़ियों कुछ नहीं बोले कंध दे ओले आण जिदा साह बंद कीता इदा बैठे ने बंदे न्याय समझे ओ तब सब बड़ा अड़िक आए जदों घोड़िया दे पौड़ दी आवाज सुनी ते बाबा बंदा सिंह बहादुर जी समझ गए भी ये जिहड़े सारे आए सी ना ਇਹ ਪਿੰਡ ਦੀਆਂ ਗਲੀਆਂ 'ਚ ਹੁਣ ਵੜ ਚੁੱਕੇ ਆ ਤੇ ਇਹ ਸਾਡੇ ਅੜਿੱਕੇ ਆ ਗਏ ਨੇ ਹੁਣ ਸਾਡੇ ਦਾਹ ਹੇਠਾਂ ਆ ਗਏ ਨੇ ਉਸਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਿੰਘਾਂ ਨੂੰ ਇਸ਼ਾਰਾ ਹੀ ਕੀਤਾ ਆਵਾਜ਼ ਵੀ ਨਹੀਂ ਮਾਰੀ ਇਸ਼ਾਰਾ ਕੀਤਾ ਖਾਲਸਾ ਜੀ ਹੋ ਜਾਓ ਤਗੜੇ ਆ ਗਏ ਜੇ ਤੁਹਾਡੀ ਮਾਰ ਥੱਲੇ ਇਹਨਾਂ ਨੂੰ ਚੰਗੀ ਤਰ੍ਹਾਂ ਲੁੱਟੋ ਜਿਹੜੇ ਫੌਜਦਾਰ ਚੜ੍ਹ ਕੇ ਆਇਆ ਏ ਬਸ ਫਿਰ ਕੀ ਇੰਨੀ ਆਵਾਜ਼ ਸੁਣਨ ਦੀ ਦੇਰ ਸੀ ਸਿੰਘ ਮਾਰ ਕੇ ਛਾਲਾ ਕੰਧਾਂ ਟੱਪ ਕੇ ਤੇ ਆ ਗਏ ਗਲੀਆਂ 'ਚ ਜਿੱਥੇ ਆ ਕੇ ਫੌਜਦਾਰ ਦੇ ਉਹਦੇ ਸਿਪਾਹੀ ਖਲੋਤੇ ਸੀ ਤੇ ਘੋੜੀਆਂ ਘੋੜਿਆਂ ਦੀਆਂ ਜਿਹੜੀਆਂ ਵਾਗਾਂ ਸੀ ਸਿੰਘਾਂ ਨੇ ਆਉਂਦੇ ਘੋੜਿਆਂ ਦੀਆਂ ਵਾਗਾਂ ਦੇ ਨਾਲ ਝਪਟਾ ਮਾਰਿਆ ਘੋੜਿਆਂ ਦੀਆਂ ਆਵਾਜ਼ਾਂ ਦੇ ਵਾਗਾਂ ਦੇ ਨਾਲ ਲਮਕ ਗਏ ਐਸੀ ਕਹਿੰਦੇ ਕਲਾ ਵਰਤੀ ਵੀ ਸਿੰਘਾਂ ਨੇ ਘੋੜਿਆਂ ਦੀਆਂ ਵਾਗਾਂ ਦੇ ਨਾਲ ਆਪਣਾ ਭਾਰ ਪਾਤਾ ਨਾ ਸਾਰਾ ਤੇ ਉਹ ਹੁਣ ਘੋੜੇ ਨੂੰ ਗਾਹ ਤੋਰਦੇ ਆ ਪਰ ਘੋੜਾ ਨਹੀਂ ਤੁਰਦਾ ਉੱਥੇ ਮੰਨੋ ਵੀ ਪੱਥਰ ਹੀ ਹੋ ਗਿਆ ਹੋਵੇ ਫਿਰ ਇਹ ਵੀ ਖੇਡ ਵਰਤੀ ਵੀ ਜਿਹੜੇ ਘੋੜਿਆਂ ਦੇ ਚੜ੍ਹੇ ਆ ਨਾ ਜਦੋਂ ਉਹਨਾਂ ਨੇ ਵੇਖਿਆ ਵੀ ਸਿੰਘਾਂ ਨੇ ਸਾਡੇ ਘੋੜਿਆਂ ਦੀਆਂ ਵਾਗਾਂ ਫੜ ਲਈਆਂ ਨੇ ਤੇ ਇਹਦੇ ਨਾਲ ਲਮਕ ਗਏ ਨੇ ਤੇ ਜੇ ਕੋਈ ਉੱਤੋਂ ਸਿੰਘਾਂ ਦੇ ਉੱਤੇ ਸ਼ਸਤਰ ਚਲਾਉਂਦੇ ਕੋਈ ਵਾਰ ਕਰਦੇ ਨੇ ਉਹਨਾਂ ਦਾ ਸ਼ਸਤਰ ਸਿੰਘਾਂ ਦੇ ਆ ਕੇ ਲੱਗਦਾ ਹੀ ਨਹੀਂ ਹੈ ਕਿਉਂਕਿ ਘੋੜੇ ਦੀ ਗਰਦਨ ਹੈ ਨਾ ਅੱਗੇ ਤੇ ਸਿੰਘਾਂ ਨੇ ਵਾਗਾਂ ਫੜੀਆਂ ਹੈ ਜਦੋਂ ਕੋਈ ਚਲਾਉਂਦੇ ਆ ਤੇ ਉਹ ਸੱਜੇ ਖੱਬੇ ਹੋ ਜਾਂਦੇ ਜਿਸ ਕਰਕੇ ਘੋੜੇ ਦੀ ਗਰਦਨ ਅੱਗੇ ਹੋਣ ਕਰਕੇ ਸਿੰਘਾਂ ਦੇ ਕੋਈ ਵਾਰ ਨਹੀਂ ਲੱਗਦਾ ਪਰ ਦੂਜੇ ਪਾਸੇ ਜੇ ਸਿੰਘ ਕੋਈ ਢੀਮ ਫੜ ਕੇ ਮਾਰਦੇ ਆ ਕੋਈ ਡਾਂਗ ਸੋਟਾ ਮਾਰਦੇ ਹਨ ਜਿਹੜੇ ਘੋੜਿਆਂ ਦੇ ਚੜ੍ਹੇ ਆ ਕਹਿੰਦੇ ਉਹਨਾਂ ਦੇ ਜਦੋਂ ਜਾ ਕੇ ਕੋਈ ਸੋਟਾ ਵੱਜਦਾ ਸਿੰਘਾਂ ਦਾ ਚਲਾਇਆ ਕੋਈ ਢੀਮ ਵੱਜਦੀ ਹੈ ਤਾਂ ਸਰੀਰ ਦੇ ਵਿੱਚ ਬਹੁਤਾ ਦੁੱਖ ਲੱਗਦਾ ਹੈ ਉਹਨਾਂ ਦੇ ਕਹਿੰਦੇ ਵੀ ਖਾਲਸਾ ਜਿਹੜਾ ਏ ਜ਼ਖਮ ਖੋਲ ਦਿੰਦਾ ਹੈ ਉਹਨਾਂ ਦੇ ਖੜਬਾਨੇ ਭੰਨ ਦਿੱਤੇ ਮਾਰ ਕੇ ਢੀਮਾਂ ਜਦੋਂ ਉਹਨਾਂ ਨੇ ਵੇਖਿਆ ਵੀ ਘੋੜੇ ਸਾਡੇ ਇਹਨਾਂ ਨੇ ਫੜ ਲਿਆ ਬੜੀ ਬਿਆਮਤ ਦੇ ਨਾਲ ਵੀ ਘੋੜੇ ਗਾਹ ਪਛਾਹ ਨਹੀਂ ਹੋ ਰਹੇ ਤੇ ਸਾਡਾ ਵਾਰ ਨਹੀਂ ਚੱਲਦਾ ਤੇ ਇਹਨਾਂ ਦੇ ਵਾਰ ਸਾਡੇ ਦੇ ਚੱਲ ਰਹੇ ਨੇ ਭੀੜੀਆਂ ਗਲੀਆਂ ਜਿੱਦਾਂ ਸਿੰਘਾਂ ਨੇ ਪਿੰਡ ਵਿੱਚ ਘੇਰਾ ਪਾਇਆ ਉਹ ਹੁਣ ਚਾਹੁੰਦੇ ਆ ਵੀ ਨੱਠ ਕੇ ਬਾਹਰ ਰੜੇ ਮੈਦਾਨ ਜਾਈਏ ਤਾਂ ਘੋੜਾ ਕਹਿੰਦੇ ਨੱਠਦਾ ਨਹੀਂ ਹੈ ਕਿਉਂਕਿ ਸਿੰਘਾਂ ਨੇ ਅੱਗੋਂ ਵਾਗਾਂ ਫੜੀਆਂ ਨੇ ਤੇ ਜਦੋਂ ਘੋੜੇ ਨੂੰ ਗਾਹ ਨੂੰ ਖਿੱਚੀਏ ਨਾ ਤੇ ਘੋੜਾ ਪਛਾਣ ਹੁੰਦਾ ਹੈ ਤੇ ਪਿੱਛੇ ਕੰਧਾਂ ਹਨ ਤੇ ਬਿਲਕੁਲ ਐਨ ਗਲੀ ਦੇ ਵਿੱਚ ਘੋੜੇ ਅੜ ਗਏ ਘੋੜਿਆਂ ਨੂੰ ਕੰਧਾਂ ਦੇ ਵਿੱਚ ਦੇ ਕਰਕੇ ਜਿਹੜੇ ਘੋੜ ਚੜੇ ਸਵਾਰ ਸੀ ਸਿੰਘਾਂ ਨੇ ਉਹਨਾਂ ਨੂੰ ਥੱਲੇ ਸੁੱਟਣਾ ਸ਼ੁਰੂ ਕਰ ਦਿੱਤਾ ਜਿਹੜਾ ਫੌਜਦਾਰ 400 ਘੋੜ ਸਵਾਰਾਂ ਦੀ ਫੌਜ ਲੈ ਕੇ ਆਇਆ ਸੀ ਸਿੰਘਾਂ ਦਾ ਐਸਾ ਦਾਅ ਲੱਗਾ ਕਹਿੰਦੇ ਘੋੜੇ ਤੋਂ ਲਾਹ ਕੇ ਹੇਠਾਂ ਸੁੱਟ ਲਿਆ ਫੌਜਦਾਰ ਨੂੰ ਫੜ ਲਿਆ ਕਹਿੰਦੇ ਜਿੰਨੀਆਂ ਇਹਨੇ ਗਾਲਾਂ ਕੱਢੀਆਂ ਸੀ ਨਾ ਆ ਕੇ ਪਹਿਲਾਂ ਦੇ ਸਿੰਘ ਸੁਣਦੇ ਰਹੇ ਹੁਣ ਜਦੋਂ ਘੋੜੇ ਤੋਂ ਫੌਜਦਾਰ ਨੂੰ ਹੇਠਾਂ ਸੁੱਟਿਆ ਸਿੰਘਾਂ ਨੇ ਉਨੀ ਇਹਦੇ ਇਹਦੇ ਜੁੱਤੀਆਂ ਦੀ ਮਾਰ ਕੀਤੀ ਬਹੁਤਾ ਹੀ ਇਹਦਾ ਮਾਰ ਮਾਰ ਕੇ ਬੁਰਾ ਹਾਲ ਕਰ ਦਿੱਤਾ ਚੰਗੀ ਕੁੱਟ ਪੈ ਗਈ ਨਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਾਂ ਘੋੜੇ ਹੀ ਚਾਹੀਦੇ ਸੀ ਨਾ ਇਸ ਕਰਕੇ ਉਹਨਾਂ ਫੌਜਦਾਰ ਨੂੰ ਕੁਝ ਨਹੀਂ ਕਿਹਾ ਤੇ ਫਿਰ ਤਰਸ ਕਰ ਲਿਆ ਇਹ ਗੁਰੂ ਕਾ ਖਾਲਸਾ ਏ ਵੀ ਜਿਹੜਾ ਚੜ੍ਹ ਕੇ ਆਇਆ ਉਹਨੇ ਗਾਲਾਂ ਕੱਢੀਆਂ ਗਾਲਾਂ ਦਾ ਬਦਲਾ ਕੁੱਟ ਮਾਰ ਕਰਕੇ ਲੈ ਰਿਹਾ ਤੇ ਫਿਰ ਤਰਸ ਕੀਤਾ ਫਿਰ ਉਹਨੂੰ ਫੌਜਦਾਰੀ ਦੇ ਦਿੱਤੀ ਕਹਿੰਦੇ ਪਹਿਲਾਂ ਫੌਜਦਾਰ ਸੀ ਤੂੰ ਦਿੱਲੀ ਸਰਕਾਰ ਵੱਲੋਂ ਫੌਜਦਾਰ ਤੂੰ ਅੱਜ ਵੀ ਹੈ ਪਰ ਅੱਜ ਸਾਡੇ ਵੱਲੋਂ ਹੈ ਵੀ ਹੁਣ ਜੋ ਕੁਝ ਵੀ ਆ ਨਾ ਉਹ ਸਾਡੇ ਹੁਕਮ ਵਿੱਚ ਕਰਨਾ ਹੈ ਤੂੰ ਤੈਨੂੰ ਅਫਸਰ ਉੱਥੋਂ ਦਾ ਲਾ ਤਾ ਪਰ ਹੁਣ ਤੂੰ ਖਾਲਸੇ ਦੇ ਅਧੀਨ ਹੈ ਕਹਿੰਦੇ ਇੱਦਾਂ ਦਾ ਅਚੰਭਾ ਉਸ ਥਾਂ 'ਤੇ ਹੋਇਆ ਵੀ ਸਿੰਘਾਂ ਨੇ ਘੋੜ ਚੜਿਆਂ ਦੇ ਕੋਲੋਂ ਘੋੜੇ ਖੋਹ ਕੇ ਸਾਰੇ ਥੱਲੇ ਸੁੱਟ ਦਿੱਤੇ ਤੇ ਜਿਹੜੇ ਹੱਥਾਂ ਦੇ ਨਾਲ ਚੜ੍ਹ ਕੇ ਆਏ ਸੀ ਨਾ ਵੀ ਕਹਿੰਦੇ ਸੀ ਵੀ ਹੁਣ ਨਹੀਂ ਛੱਡਣਾ ਇਸ਼ਾਰੇ ਕਰਦਾ ਸੀ ਉਹਨਾਂ ਹੱਥਾਂ ਦੇ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਫੌਜਦਾਰ ਦੇ ਕੋਲੋਂ ਸਾਰਾ ਹੀ ਮਾਮਲਾ ਲੈ ਲਿਆ ਜਿਹੜਾ ਕੁਝ ਗਰਾਹੀ ਕਰਕੇ ਕੋਈ ਟੈਕਸ ਆਪਣੇ ਕੋਲ ਰੱਖਦਾ ਸੀ ਕਹਿੰਦੇ ਲਿਆ ਵੀ ਜਿੰਨਾ ਮਾਮਲਾ ਲਿਆ ਖਾਲਸੇ ਨੂੰ ਹਾਜ਼ਰ ਕਰ
सिंह घोड़िया के लिए दाना भी लियाणगे भी हम 400 घोड़ा थोड़े को यह हम घोड़ा सामभना भी है दाना पठा चाहिए कहते मामला भी हाजिर करो काठिया भी बनावे इन्होंने होर गहने गड्ढे शस्त्र लवेंगे घोड़िया के गहने पावे जो घोड़ा तुरे तो छनकाटे की आवाज आए यदा कह के बाबा बंदा सिंह बहादुर जी ने जेडे फौजदार को माया से मामला से लै लिया उन्हें देता कहता लो जी खालसा जी जो चाहिए लो जान बच गई बस जान सलामत है माया का की है जो एदा कैंथल का फौजदार भी लुट लिया 400 घोड़ा भी इन्होंने खो लिया ये को मामला भी लै लिया तो इन्हू बख्श भी दिता तो फिर बाबे बंदा सिंह बहादुर की तो बांगड़ दे विच होर धांक पै गई बहुता रोह हो गया कहिंदे वाकया भी बंदा कोई चीज़ है जिहड़ा भी आउंदा है उन्हू लुट के ही वापस तोरदा जिहड़ा उन्हू लुटन जांदा है इस तरह साध संगत उस मुल्क दे विच खालसे की ग्राही शुरू हो गई फौजदार जिहड़ा सी उह हुण टैक्स लै के ते खालसे नूं हाजिर करदा है जिहड़ी फौज उहदी सी ना उही फौज उहदे पिछे लाती भी आ फौज हुण साडी होई ते इहनां नूं अपने नाल लै के रखणा है जिद्दण साडा जिद कीता तेनूं बदल देंगे अफसर नहीं रहन देंगे इदां कई फौजां दल दे विच रल गईआं ते कई फौजां जिहड़ियां सी उह फौजदार दे मगर लातीआं ते उही फौजदार जिहड़ा दिल्ली वास्ते ग्राही करदा सी ना उह हुण बाबा बंदा सिंह बहादुर दे गुरु के खालसे वास्ते ग्राही करदा है मामला इकट्ठा करदा है जिथे भी सिंह हुंदे आ उत्थे पचा हुंदा है सिंह उहदियां रस्तां खरीदते हैं जो वस्तुआं चाहीदियां कोई शस्त्र चाहीदे है वह खरीद के ते अपनी फौज की ताकत बढ़ा रहे हैं भी जिनी फौज की ताकत वधेगी जिन्ने सिंह जुड़नगे तो फिर आप सरहद के उत्ते जा के हल्ला करांगे एवें साध संगत जी ये दो तीन झड़पा हुई ने जिहड़े लुट्टण आए ने अज दी साखी च आपां इही सुणिया जिहड़े लुट्टण आए ने खालसे नूं खालसे ने उल्टा उन्होंने लुट के घलिया है 400 घोड़ा एक बार सिंघां दे हाथ लगा है तो हुण बहुते सिंह घोड़िया दे सवार हो गए ने जिवें जिवें दल वधदा है जिवें जिवें जंग युद्ध हुंदे ने सरहद फतेह हुंदी है खालसा इकट्ठा हुंदा है ये कथा पावन वाले समय सुनते रहांगे गुरु महाराज साहब के खालसे पंथ का इतिहास कहिंदिआं विचारदिआं होईआं अनेकां भुलां गलतियां बख्श देणियां महाराज साहब दे संगत बख्शण हार है बख्श लेना परी बंदा की ताक परी युग राही मुल्क समाक उसी गैर सफौज लगाए ओही लगो फिर करन उगराए वाहे गुरु जी का खालसा वाहे गुरु जी की फतेह हे गोविंद हे गोपाल हे दयाल लाल प्राण नाथ अनाथ सखे दीन दर्द निवार हे समर्थ अगम पूरन मोहे माया तार अंध कोप महाभयान नानक पारे शरणागते एक अखर हर मन बसत नानक होत निहार वाहिगुरु नाम जहाज है चढ़े सो तरे मार जो शरदा कर श्रीमंद वाहिगुरु वाहिगुरु नाम जहाज है चढ़े सोतरे मार जो शरदा कर सेवंद वाहिगुरु पारे उतारन हार वाहिगुरु जी का खालसा वाहिगुरु जी की फतेह श्री अकाल वाहेगुरु जी का खालसा वाहेगुरु जी की फतेह।